ਸਾਲੇ ਕਿਵੇਂ ਵਿਹਲੀ ਸਰਕਾਰ ਨੂੰ ਸੁੱਤੇ ਪਏ ਆਗੇ, ਵਿਹਲੇ ਨਿਕੰਮੇ ਬਿਨਾਂ ਗੱਲ ਤੋਂ ਬੀਜੀ ਕਿਸੇ ਥੋਦੇ। ਚਲੋ ਚੱਲ। ਓ ਬਾਪੂ, ਆ ਤੇਰੀਆਂ ਝੂਠੀਆਂ ਸਰਜੀਕਲ ਸਟ੍ਰਾਈਕਾਂ ਤੋਂ ਮੁਲਕ ਵਾਂਗੂ ਅਸੀਂ ਅੱਖੇ ਪੈਂਗੇ। ਨਾਲੇ ਪਿਓਲੀ ਔਕਾਤ ਚ ਰਹਿ ਕਰ ਪਿਓਲੀ ਚ ਹੈ। ਫੈਮਿਲੀ 432 ਆ ਗਈ ਪਰ ਤੂੰ ਫੈਮਿਲੀ 420 ਵਾਂਗੂ ਭੌਂਕਦਾ ਹੈ। ਕਲੇਸੀ ਬੁੜਾ, ਪੁੱਤ ਇਸੇ ਭਾਂਬੜ ਨਾਲ ਫੂਕੂ ਤੁਹਾਨੂੰ। ਚੱਲ ਉੱਠੇ, ਬਿਸਕੁਟ ਚਾਹ ਰੱਖ ਕੇ ਲੈ ਕੇ ਆਇਆ ਕਰੂਗੀ ਤੇ ਮੈਨੂੰ ਕਿਹਾ ਕਰੂਗੀ, ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ। ਉੱਠ ਵੀ ਜਾਓ। ਖੰਡ ਦਾ ਫੱਕਾ ਲਾਇਆ ਕਰ, ਸੌਣ ਵੀ ਨੀ ਦਿੰਦਾ। ਉਹ ਵਿਆਹ ਇਹ ਨੀ ਹੋਣ ਦਿੰਦਾ ਯਾਰ, ਇਹ ਨੀ ਲੈਣ ਦਿੰਦਾ। ਤੂੰ ਪਿਓ ਹੈ ਕਿ ਚੌਕੀਦਾਰ? ਇੱਕ ਉਹ ਚੌਕੀਦਾਰ ਹੈ ਜਿਹਨੇ ਪੂਰਾ ਦੇਸ਼ ਲੁੱਟ ਕੇ ਖਾ ਲਿਆ। ਮਜਾਲ ਹੈ ਕੋਈ ਕੁੱਤਾ ਭੌਂਕਦਾ ਹੋਵੇ? ਉਹ ਇੱਕ ਆਹ ਚੌਕੀਦਾਰ ਹੈ ਜਿਹੜਾ ਆਪ ਹੀ ਕੁੱਤੇ ਵਾਂਗੂ ਭੌਂਕਦਾ ਰਹਿੰਦਾ। ਦੇਖ ਕੰਜਰ ਦੇ ਕਿਵੇਂ ਬੋਲਦੇ ਆ, ਸਾਰੀ ਰਾਤ ਸੌਂਦੇ ਨੀ ਹੈਗੇ, ਸਾਰਾ ਦਿਨ ਕੁੱਤੇ ਵਾਂਗੂ ਮੂੰਹ ਚੱਕ ਕੇ ਸੁੱਤੇ ਰਹਿੰਦੇ ਨੇ। ਓ ਬਾਪੂ, ਅਸੀਂ ਹੈਗੇ ਸਿੰਗਲ ਲੋਕ, ਸਾਡਾ ਦੇਰ ਰਾਤ ਜਾਗਣ ਦਾ ਮਤਲਬ ਸਿਰਫ ਨੈੱਟ ਪੈਕ ਖਤਮ ਕਰਨਾ ਹੁੰਦਾ। ਹਾਂ ਬਾਪੂ ਜੀ, ਜਦੋਂ ਮੋਬਾਈਲ ਦੀ ਬੈਟਰੀ ਸਿਰਫ 5% ਰਹਿ ਜੇ ਨਾ, ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਹੁੰਦੀ, ਬਸ ਬੇਫਿਕਰੇ ਹੋ ਕੇ ਸੌ ਜਾਓ। ਓਏ ਮੈਂ ਤਾਂ ਇਹ ਕਹਿਣਾ ਬਈ, ਸੰਦੇਹਾ ਉੱਠਣਾ ਚਾਹੀਦਾ। ਸੰਦੇਹਾ ਉੱਠ ਕੇ ਕੀ ਗੋਡੀ ਕਰਨੀ ਹੈ? ਸਾਰੀ ਜਿਵੇਂ ਤਾਂ ਠੇਕੇ ਤੇ ਦੇ ਰੱਖੀ ਹੈ, ਮਾਰੀ ਜਾਂਦਾ ਗੱਲਾਂ ਨਾਲੇ ਹੋਰ। ਚਲੋ ਯਾਰ, ਚਲੋ ਸੌਈਏ। ਹੋਰ ਚਲੋ, ਮੈਂ ਤਾਂ ਮੋਬਾਈਲ ਦਾ ਨੈੱਟ ਪੈਕ ਪਵਾਇਆ ਹੋਇਆ, ਉਹਨੂੰ ਵੀ ਖਤਮ ਕਰਨਾ ਹੈ। ਖੜ ਜਾਓ, ਮੇਰੇ ਸਾਰੇ ਤੇ ਉਹ ਤੁਹਾਨੂੰ ਮੈਂ ਪਾਉਣਾ। ਆਈ ਆਈ ਬਾਪੂ, ਇੱਥੇ ਨਹੀਂ ਕਰ ਸਕਦਾ। ਮੇਰੇ ਭਰਾ ਦੇ ਜੁੱਤੀ ਮਾਰੀ ਤਾਂ, ਮੇਰੇ ਭਰਾ ਦੇ ਜੁੱਤੀ ਮਾਰੀ ਤਾਂ, ਜੇ ਪਿਓ ਦਾ ਪੁੱਤ ਹੈ ਨਾ, ਹੁਣ ਮਾਰ ਕੇ ਦਿਖਾ। ਇਹ ਕਿਹੜੀ ਗੱਲ ਬਾਪੂ, ਮੇਰੇ ਤਾਂ ਮਾਰ ਦੇਗਾ, ਜੇ ਤੇਰੇ ਚ ਹਿੰਮਤ ਹੈ ਤਾਂ ਮੇਰੇ ਵੱਡੇ ਭਾਈ ਦੇ ਮਾਰ ਕੇ ਦਿਖਾ। ਬਾਪੂ, ਤੈਨੂੰ ਮੇਰੇ ਜੁੱਤੀ ਮਾਰ ਤੋਂ ਪਹਿਲਾਂ ਮੇਰੇ ਭਰਾ ਦੀ ਲਾਸ਼ ਤੋਂ ਗੁਜ਼ਰਨਾ ਪਊਗਾ। ਲੈ ਪੁੱਤ, ਹੁਣ ਤੇਰੇ ਭਰਾ ਦੀ ਲਾਸ਼ ਤੋਂ ਨਹੀਂ ਨਿਕਲੂਗਾ। ਬਾਪੂ, ਲੜਾਈ ਹੋ ਜਾਊਗੀ, ਹੁਣ ਜਾਂਦਾ ਕਿ ਲੜਾਈ ਹੋ ਜਾਊਗੀ। ਹਟ ਜਾ ਨਾ, ਮਾਰੀ ਹਟ ਚੱਲ ਚੱਲ, ਹੁਣ ਨਿਕਲੋ, ਚਲੋ ਨਿਕਲੋ ਦੋਸਤੋ। ਬਾਪੂ ਬਾਪੂ ਬਾਪੂ, ਉਹਦਾ ਮੋਬਾਈਲ ਰਹਿ ਗਿਆ। ਸਾਲਾ ਲੱਗਦਾ ਮੋਬਾਈਲ ਦਾ, ਸਾਲਿਆਂ ਨੇ ਠਿੱਠ ਕਰੇ ਪਿਆਂਗੇ, 12 ਵਜੇ ਪਿਆਗੇ, ਸਾਲਿਆਂ ਨੇ ਆਏ ਨਹੀਂ ਹੈਗਾ। ਹੈ ਆ ਮੋਬਾਈਲ ਭੁੱਲ ਗਏ, ਹੁਣ ਆਪਾਂ ਚਲਾਵਾਂਗੇ ਕਿਟ ਕਾਊਟ। ਕਿਟ ਕਾਊਟ, ਉਹ ਮੋਟੀ ਜੀ ਆਂਟੀ ਹੈ ਜਿਹੜੀ ਆਉਂਦੀ ਹੈ। ਹਾਏ ਓਏ, ਧਰਤੀ ਤੇ ਤਾਂ ਵਿਆਹ ਹੋਇਆ ਨੀ, ਹੁਣ ਉੱਪਰ ਜਾ ਕੇ ਇੰਦਰ ਦੀ ਕਿਸੇ ਕਟਰੀਨਾ ਕੈਫ ਨਾਲ ਹੀ ਲਾਉਂਗਾ ਫੇਰੇ। ਆਜ ਫਿਰ ਮਰਨੇ ਕੀ ਤਮੰਨਾ ਹੈ। ਓ ਚਾਚਾ, ਕੀ ਹੋ ਗਿਆ? ਓਏ ਰੋਡੂ, ਓ ਰੋਡੂ ਕੁਝ ਪੁੱਛੀ ਨਾ। ਚੰਗਾ। ਹੈ ਓ ਬੋਲਿਆ, ਆ ਕੀ ਕਰ ਰਿਹਾ ਓਏ? ਓ ਦੀਦਾ ਨੀ, ਮਰ ਰਿਹਾ, ਅੱਖਾਂ ਨੇ ਕਿ ਟਿੱਚ ਬਟਨ। ਓ ਤੇਰਾ ਵੀ ਕਿਹੜਾ ਕੁਝ ਯਕੀਨ ਆਉਂਦਾਗਾ, ਤੀਜੇ ਦਿਨ ਤਾਂ ਖੁਸ਼ ਕਰ ਦੇਣਾਗਾ ਕਹਿ ਕੇ ਮੈਂ ਮਰਦਾ। ਮਰਦਾ ਹੈ ਨੀਗਾ। ਓ ਬੋਲੇ, ਜੇ ਮੈਂ ਚੈਨਲਾਂ ਦਾ ਕੋਈ ਭਰੋਸਾ ਨਹੀਂ ਨਾ, ਇਸੇ ਤਰ੍ਹਾਂ ਤੇਰਾ ਵੀ ਕੋਈ ਭਰੋਸਾ ਨਹੀਂ। ਜਿਵੇਂ ਲੋਕਾਂ ਦਾ ਮੀਡੀਆ ਤੋਂ ਯਕੀਨ ਉੱਠ ਗਿਆ, ਇਵੇਂ ਚੁੱਕੀ ਸਾਡਾ ਤੇਰੇ ਤੋਂ ਉੱਠ ਗਿਆ। ਸਭ ਨੂੰ ਪਤਾ ਤੂੰ ਸਿਰਫ ਭੌਂਕ ਸਕਦਾ ਹੈ, ਕਰਦਾ ਕੁਛ ਹੈ ਨਹੀਂ। ਉਹ ਤੂੰ ਕੋਈ ਦਰਖਤ ਤਾਂ ਵਧੀਆ ਚੁਣ ਲੈਂਦਾ। ਉਹ ਮੈਂ ਤਾਂ ਇਹਦੇ ਨਾਲ ਫਾਹ ਹੀ ਲੈਣਾ, ਮੈਂ ਕਿਹੜਾ ਇਹਦੇ ਨਾਲ ਸੈਲਫੀ ਲੈਣੀ ਹੈ। ਨਾਲੇ ਮੇਰੀ ਗੱਲ ਸੁਣ ਲਓ, ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਸੀਂ। ਉਹ ਮੈਂ ਤਾਂ ਕਹਿੰਦਾ ਤੇਰੀ ਵੀ ਮੌਤ ਆ ਜੇ। ਐਂ ਕਿਵੇਂ ਆਜੂ? ਹੈ ਮੈਨੂੰ ਨਹੀਂ ਹੈ। ਉਹ ਆ ਗਈ। ਹੈ ਮੇਲੋ ਦਾ ਭੂਤ? ਬਾਜੀ ਬਾ, ਯੋ ਤਾਂ ਨਕਸ਼ਾ ਹੀ ਬਦਲ ਗਿਆ ਮੇਰੇ ਘਰ ਕਾ। ਮੇਲੋ ਭਾਬੀ, ਪੈਰੀ ਪਾਵਾਂ ਬਾਪੂ ਜੀ? ਉਹ ਭਾਬੀ, ਭਾਬੀ ਤੂੰ ਜਿਉਂਦੀ ਹੈ? ਉਹ ਜਿਉਂਦੀ ਹੈ ਕਿ ਤੇਰੀ ਆਤਮਾ ਹੈ? ਉਹ ਡਰ ਨਾ, ਜਿਉਂਦੀ ਹਾਂ ਮੈਂ। ਤੂੰ ਤਾਂ ਮਰ ਗਈ ਸੀ। ਤੈਨੂੰ ਕਿਹਾ ਤਾਂ ਨਾ, ਕੱਲੀ ਨੀ ਮਰਨੇ ਕੀ ਮੈਂ, ਜਦ ਮਰੂੰਗੀ ਨਾ ਤੈਨੂੰ ਗੈਲ ਲੈ ਕੇ ਮਰੂੰ। ਓ ਵੈਰੀ ਗੁੱਡ, ਹੁਣ ਆਉ ਨਜ਼ਾਰਾ ਭਾਬੀ। ਥੈਂਕ ਯੂ। ਸੈਲਗਮ? ਹੈ ਸੈਲਗਮ? ਓ ਵੈਲਕਮ ਕਹਿੰਦੀ ਹੈ। ਹਾਂ ਹਾਂ, ਇਹੀ ਕਹਿਣ ਲੱਗੀ ਸੀ ਮੈਂ। ਪਰ ਭਾਈ ਤੇਰਾ ਤਾਂ ਐਕਸੀਡੈਂਟ ਹੋ ਗਿਆ ਸੀ। ਹਾਂ ਬਾਪੂ ਜੀ, ਮੇਰੇ ਸਿਰ ਮਾ ਸੱਟ ਲੱਗੀ ਸੀ। ਵਿਚਾਰੇ ਜਿਉਂਦੇ ਰਹੇ ਬਿਰਧ ਆਸਰਮ ਵਾਲੇ, ਉਹਨਾਂ ਨੇ ਬਹੁਤ ਸਾਲ ਮੈਨੂੰ ਆਪਣੇ ਕੋਲ ਰੱਖਿਆ, ਸੇਵਾ ਕਰੀ ਮੇਰੀ ਬਹੁਤ। ਹੁਣ ਮੇਰੀ ਯਾਦਾਸ਼ਤ ਵਾਪਸ ਆ ਗਈ। ਇਹ ਕਾਹਨੂੰ ਆਉਣੀ ਸੀ? ਕਿਆ ਭੌਂਕ ਰਿਹਾ? ਕੁਛ ਨੀ। ਨਿਆਣੇ ਕਿੱਥੇ ਮੇਰੇ? ਰੋਡੂ ਮੇਰਾ, ਮੇਰਾ ਲਾਡੀ। ਹਾਂ ਖੜਾ ਤੇਰਾ ਰੋਡੂ। ਹਾਂ ਮੇਰਾ ਪੁੱਤ ਰੋਡੂ ਐਡਾ ਬੜਾ ਹੋ ਗਿਆ, ਸਦਕੇ ਜਾਵਾਂ।
पुत लाडी किथे है? मम्मी ओ तां कनेडा चला गया। ते तो मंगरो भाई इन्हें सिंदर ते चादर पा ली सी। पर सिंदर दिख नहीं रही किथा है? रुस के पेके नु गई होई है। ए कंजर दा सताउंदा ही बहुत ओनु। इसके हली भी ओही लक्षण है। कुत्ते दी पूछ भी कदे सीधी होई है। ओ बापू प्यो बन के रहया कर, इज्जत करया कर, इज्जत कराया कर। फिर भी जम्मे असी आर्डर ते नहीं बनाए। बात सुन ले मेरी, बंदा बन जा तू बंदा। हां शुक्र कर दी मेरा सुभाए संतनी वाला हो गया, नहीं तो मैं तनु ऐटो टैटो बंदा बना दंदी। ऐटो टैटो? ऑटोमेटिक कहंदी है। हां यही कहन लगी थी मैं। मम्मी थोड़ा एक्सीडेंट किथे होया सी? पुत ऐ ता मनु याद नहीं किथे होया था, पर माड़ा जा इन्ना के याद है भी जेड़े चौक मा मेरा एक्सीडेंट होया था ना, उठे चौक पर ही कैन काले बूढ़े का एसएचओ लगया हुआ था। एसएचओ? ओ स्टैचू। हां 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 यही कहन लगी थी मैं। ओए ओए किथे आइलेट्स करके आ गई, पता नहीं कित्थों फैंच सिक्की फिरदी है। मम्मी इन्हां दा रंडी रोना तां इदां ही चलदा रहना, आजो आपां रेस्ट करदे आं। तो मेरी एक बात सुन ला, बंदा बन के रह बंदा, नहीं तो मैं तेरे दो दिन में ओखरे छका दूं। आए हाए हुण आउ नजारा भाभी दा उही चोला मारन वाला स्टाइल। बेबे तेनू पता अपने पिंड वाला सरपंच कोमा चा? जिथे मर्जी जावे बथेरे पैसे ने अगले कोले। ओहो बेबे हस्पताल च बेहोश है? नी बथेरा पैसा है, बथेरियां ग्रांडा खादियां ने, हराम दा पैसा है, हराम ची जाऊ वीर। हां मैं होर सुने कैले बड़े दी नू वापस आ गई मेलो। हां बेबे सिर च सट लगी सी एक्सीडेंट च, कई साल बाद यादाश वापस आई आ। रूप तो फस गया बेचारा, दो तीन मियां च किवें कटूगा। चलो आपा ने की लेना है, मैं तो सिमलो दे भोगते जानी हां। है सिमलो मर गई? जे मर गई ताइयो भोगते जानी हां। नोनू नू दुध पिया, मैं भी कम जा करके जानी हां भोगते। ठीक है बेबे प्योनी हां। गंदे खून दे नाल अपने पाक पवित्र हाथ लबेड़ूंगा। गंदे खून दे तां थोड़े दे नाल मैं अपने पाक पवित्र हाथ लबेड़ूंगा। आए हाए ओ बापू तू क्यों नहीं मरदा, क्यों नहीं मरदा? ਉਹ ਤੇਰੇ ਨਾਲ ਦੇ ਕਦੋਂ ਦੇ ਗੱਡੀ ਚੜ ਗਏ? ਪਿਛਲੀਆਂ ਸਰਦੀਆਂ 'ਚ ਤੇਰੇ ਤੋਂ ਫੁੱਲ ਵੀ ਸੀ ਵੀ ਤੂੰ ਐਟਕੀ ਗੱਡੀ ਚੜੇਗਾ, ਉਹ ਤੂੰ ਫੇਰ ਬਚਿਆ ਬੈਠਾ। ਆਏ ਨੀ ਪੁੱਤ ਮੈਂ ਮਰਦਾ, ਤੁਹਾਨੂੰ ਦੋਹਾਂ ਨੂੰ ਗੱਡੀ ਚਾੜ ਕੇ ਮੈਂ ਫੇਰ ਮਰੂ ਕੰਜਰ ਦੇ ਪੁੱਤਣਾ ਹੋਣ ਦਾ। ਓਏ ਬਾਪੂ ਜੇ ਗੱਡੀ ਚਾੜਨਾ ਮੈਨੂੰ ਵਿਆਹ ਵਾਲੀ ਗੱਡੀ ਚਾੜ ਦੇ, ਆ ਦੇਖ ਲੈ ਆ ਰੂਪ ਦੋ ਦੋ ਰੱਖੀ ਬੈਠਾ, ਉਹ ਮੇਰੇ ਕੋਲ ਇੱਕ ਵੀ ਨਹੀਂ ਯਾਰ। ਇਹ ਤਾਂ ਕਿਸਮਤ ਆਪਦੀ ਆਪਦੀ। ਕਿਉਂ ਮੇਰੀ ਕਿਸਮਤ ਕੀ ਫਿਰ ਮੋਦੀ ਨੇ ਲਿਖੀ ਹੈ? ਬਾਪੂ ਝਾੜੂ ਵਾਲਿਆਂ ਦਾ ਇਨਕਲਾਬ, ਮੋਦੀ ਦੇ 15 ਲੱਖ, ਮਲੇਸ਼ੀਆ ਦਾ ਗਵਾਚਿਆ ਹੋਇਆ ਜਹਾਜ਼ ਤੇ ਭੋਲੇ ਚਾਚ ਦਾ ਵਿਆਹ, ਆਪਾਂ ਦੇਖਣ ਨੂੰ ਹੀ ਤਰਸਦੇ ਰਹਾਂਗੇ। ਆ ਦੇਖੀ ਆ ਬੁੱਥੀ ਨੂੰ ਆਉ ਰਿਸ਼ਤਾ। ਕਿਉਂ ਮੇਰੀ ਬੁੱਥੀ ਕੀ ਬਿੱਲੀਆਂ ਨੇ ਚੱਟੀ ਹੈ? ਉਹ ਮੇਰੇ 'ਚ ਕਾਹਦੀ ਘਾਟ ਹੈ? ਇੱਜ਼ਤ ਦੀ ਘਾਟ ਹੈ, ਪਰ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਹੈ, ਪੈਰਾਂ 'ਚ ਭਾਵੇਂ ਚੱਪਲਾਂ ਹੀ ਹੋਣ। ਐਂ ਤਾਂ ਕਈ ਮਹਿੰਗੀਆਂ ਗੱਡੀਆਂ ਵਾਲੇ 50-50 ਬਾਡੀਗਾਰਡ ਰੱਖ ਕੇ ਉਹ ਵੀ ਚੱਪਲਾਂ ਖਾ ਲੈਂਦੇ ਨੇ। ਤੈਨੂੰ ਕਦੇ ਨਾ ਬਾਪੂ ਜਿਹੜੇ ਲੋਕ ਮਾਂ ਬਾਪ ਦੀ ਇੱਜ਼ਤ ਨਹੀਂ ਕਰਦੇ ਉਹ ਕਦੇ ਕਾਮਯਾਬ ਹੋਏ ਨਾ। ਹੁਣ ਤਾਂ ਪੁੱਤ ਤੇਰੇ ਤੇ ਆਸਾਂ ਨੇ। ਅੱਛਾ ਪੁੱਤ ਤੂੰ ਮੇਰਾ ਸਾਰੇ ਤੋਂ ਪਿਆਰਾ ਪੁੱਤ ਹੈਗਾ। ਅੱਛਾ ਤੂੰ ਮੈਨੂੰ ਐਂ ਦੱਸ ਬਈ ਤਾਰੇ ਕਦੋਂ ਟੁੱਟਦੇ ਹੁੰਦੇ ਨੇ ਤੇ ਇਹਨਾਂ ਦੀ ਖੋਜ ਕਿਹਨੇ ਕਰੀ? ਉਹ ਕੋਈ ਮੁਟਿਆ ਜਦੋਂ ਕਰਕੇ ਪਿਆਰ, ਵਾਦੇ ਕਰਕੇ ਹਜ਼ਾਰ, ਜਦੋਂ ਟੁੱਟਦੇ ਨੇ ਸਾਰੇ, ਉਦੋਂ ਟੁੱਟਦੇ ਨੇ ਤਾਰੇ, ਉਦੋਂ ਟੁੱਟਦੇ ਨੇ ਤਾਰੇ। ਬਾਪੂ
ਇਹਦੀ ਖੋਜ ਸ਼੍ਰੀ ਮਾਨ ਛਤਰਗਿੱਲ ਜੀ ਨੇ ਕਰੀ ਹੈ। ਵਾਹ ਮੇਰਾ ਪੁੱਤ, ਵਾਹ ਮੇਰਾ ਪੁੱਤ, ਕਿੰਨਾ ਗਿਆਨ ਲਈ ਫਿਰਦਾ ਓਏ। ਪੁੱਤ ਆ ਜਿਹੜੀਆਂ ਜੁੱਤੀਆਂ ਨੇ ਨਾ, ਇਹਦੀ ਖੋਜ ਸਰਦਾਰ ਕੈਲਾ ਜੀ ਨੇ ਕਰੀ। ਨਾ 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 ਬਾਪੂ, ਨਾ ਨਾ, ਮੇਰਾ ਸਾਲਿਆ ਤੇ ਬੱਤੀ ਰਾਤ ਨੂੰ ਮਹੀ ਮਿਲਿਆ ਸੀ ਫਿੱਟ ਕਰਨ। ਕੰਜਰ ਤੇ ਨਾ ਹੋਣ ਤਾਂ ਰਾਤ ਦੇ 2 ਵਜੇ ਲੱਗੇ ਨੇ ਛਤਰਗਿੱਲ ਸੁਣਾਉਣ। ਭੈੜੀ ਲਾਦ ਵੀ ਨਹੀਂ ਹੋਣੀ ਚਾਹੀਦੀ ਕਿਸੇ ਦੀ। ਮੁੰਡੇ ਨੇ ਗੱਲ ਤਾਂ ਵਧੀਆ ਕਰੀ ਹੈ। ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ, ਵਾਅਦੇ ਕਰਕੇ ਹਜ਼ਾਰ, ਜਦੋਂ ਤੋੜਦੀ ਹੈ ਤਾਰੇ ਉਦੋਂ ਟੁੱਟਦੇ ਨੇ ਤਾਰੇ। ਯਾਰ ਖੋਜ ਤਾਂ ਵਧੀਆ ਕਰੀ ਨੇ ਛਤਰਗਿੱਲ ਨੇ। ਆ ਸਾਇੰਸ ਦਾ ਨਾਮ ਹੀ ਕਹੀ ਜਾਂਦੇ ਨੇ, ਅਸੀਂ ਖੋਜ ਕਰੀਏ ਸਵਾਹ ਖੋਜ ਕਰੀਏ। ਦੁਕਾਨੀਆਂ ਤੀਨੀਆਂ ਕਿਸੇ ਨੇ ਦੇ ਰਿਹਾ, ਹਟ ਜਾ, ਮੈਂ ਆਈ, ਮੈਂ ਬਣਾਵਾਂ ਤੈਨੂੰ ਬੰਦਾ। ਬਲਾਤਕਾਰ ਦੇ ਕੇਸ ਚੰਦਰ ਹੈ, ਪਿਓ ਤੇਰਾ ਜਨਾਨੀ ਰੱਖੀ ਬੈਠਾ, ਉਹ ਵੀ ਭਈਆ ਰਾਣੀ ਨੀ, ਲੀਡਰਾਂ ਦਾ ਵੀ ਮਾੜਾ ਮੋਟਾ ਸਟੈਂਡ ਹੁੰਦਾ, ਤੁਹਾਡੇ ਖਾਨਦਾਨ ਦਾ ਤਾਂ ਉਹ ਵੀ ਨੀ ਹੈਗਾ, ਸਰਕਾਰ ਤੋਂ ਭੈੜੀ। ਜੇ ਮੈਂ ਸਰਕਾਰ ਤੇ ਭੈੜੀ ਹੁੰਦੀ ਨਾ, ਤੇਰੇ ਪਰ ਚਿੱਟੇ ਦਾ ਕੇਸ ਪਵਾ ਦਿੰਦੀ, ਨਾਲੇ ਆਰਟੀਐਕਸ ਦਾ ਹਮਲਾ ਕਰਾ ਕੇ ਤੇਰਾ ਵਜੂਦ ਖਤਮ ਕਰ ਦਿੰਦੀ ਮੈਂ। ਮੇਰਾ ਨਹੀਂ, ਆਪਣੇ ਖਾਨਦਾਨ ਦਾ ਵਜੂਦ ਖਤਮ ਕਰ, ਚੱਲ ਜਾ। ਇਹ ਤਾਂ ਫਿਰ ਤੈਨੂੰ ਖਤਮ ਕਰਨਾ ਹੀ ਪਊ। ਹਟ, ਓ ਤੂੰ ਜਾ, ਤੇਰੇ ਵਰਗੀਆਂ 50 ਤੁਰੀਆਂ ਫਿਰਦੀਆਂ ਨੇਗੀਆਂ। ਓ ਤੂੰ ਛੱਡ, ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ, ਕਿਸਮਤ ਨਾ ਮੰਨਦੀ ਮੇਰੀ। ਚਾਚਾ ਵਿਆਹ ਇੰਨਾ ਲੇਟ ਵੀ ਨਹੀਂ ਹੋਣਾ ਚਾਹੀਦਾ। ਕਿਉਂ? ਚਾਚੀ ਦੇ ਹੱਥਾਂ ਨਾਲੋਂ ਜ਼ਿਆਦਾ ਨਹੀਂ ਤਾਂ ਤੇਰੇ ਵਾਲਾਂ ਤੇ ਲੱਗ ਜਾ ਕਰੂਗੀ। ਮੈਂ ਸ਼ੀਸ਼ਾ ਮਾਰੂ ਬੱਗਵਾਂ, ਭੌਂਕੀ ਜਾਂਦਾ। ਓਏ ਮੇਰੇ ਦਿਲ ਦੇ ਜ਼ਖਮਾਂ ਤੇ ਲੂਣ ਨਾ ਪਾ। ਓਏ ਇਹਦੀ ਤਾਂ ਕਿਸੇ ਖਤਰਨਾਕ ਮਿਸਤਰੀਆਣੀ ਨੇ ਸਰਵਿਸ ਕੀਤੀ ਲੱਗਦੀ ਹੈ। ਓਏ ਓਏ ਜੀਤੋ, ਘਰੇ ਕੋਈ ਚੂਹਾ ਨਹੀਂ ਡਰਦਾ ਹੈਗਾ, ਉਹ ਫੇਸਬੁੱਕ ਤੇ ਪਾਕਿਸਤਾਨ ਨੂੰ ਧਮਕੀਆਂ ਦੇਈ ਜਾਂਦਾ ਹੈ। ਕੰਮਾਂ ਤੋਂ ਡਰਦਾ ਭਗਤ ਬਣ ਗਿਆ। ਓਏ ਫੋਨ ਭਗਤੋ, ਓਏ ਓਏ ਤੁਹਾਡੀ ਕਿਸੇ ਨਾਲ ਸੈਟਿੰਗ ਵੀ ਨਹੀਂ ਹੈਗੀ, ਫਿਰ ਵੀ ਤੁਸੀਂ 24 ਘੰਟੇ ਫੋਨ ਨਾਲ ਚਿੰਬੜੇ ਰਹਿੰਦੇ ਹੋ। ਆਹੋ, ਆ ਤੇਰੀ ਗੰਦੀ ਲਾਦ ਦੀ ਤਾਂ ਸੈਟਿੰਗ ਹੈਗੀ ਸੀ, ਇਹਦੀ ਸੁਣ ਲੈ। ਓਏ ਕਿਸੇ ਫੇਕ ਆਈਡੀ ਵਾਲੀ ਨੂੰ ਆਪਦੀ ਸਵੀਟ ਏਂਜਲ ਸਮਝ ਕੇ 6 ਮਹੀਨੇ ਉਹਦਾ ਫੋਨ ਰੀਚਾਰਜ ਕਰਾਉਂਦਾ ਰਿਹਾ, ਉਹ ਤਾਂ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਮੁੰਡਾ ਹੀ ਹੈ। ਫੇਸਬੁੱਕ ਤੇ ਮੀਡੀਆ ਦਾ ਅੱਜ ਕੱਲ ਕੋਈ ਭਰੋਸਾ ਨਹੀਂ ਹੈਗਾ। ਓਏ ਤੁਹਾਡਾ ਵੀ ਕੋਈ ਭਰੋਸਾ ਨਹੀਂ, ਆ ਬਾਂਦਰ ਵਰਗੀ ਬੁੱਥੀ ਨਾਲ ਫੋਟੋ ਖਿੱਚ ਕੇ ਫੇਸਬੁੱਕ ਤੇ ਐ ਕਰਕੇ ਪਾ ਦਿੰਦੇ ਹੋ, 50-50 ਬੰਦਿਆਂ ਨੂੰ ਟੈਗ ਕਰ ਦਿੰਦੇ ਹੋ, ਐਦੂ ਭੈੜਾ ਕੋਈ ਅੱਤਵਾਦ ਨਹੀਂ ਹੈਗਾ ਕੰਜਰੋ। ਮੈਨੂੰ ਲੱਗਦਾ ਬਾਬਾ ਜੀ ਦਾ ਤਾਂ ਦਿਮਾਗ ਹਿੱਲ ਗਿਆ। ਚਾਚਾ ਆ ਦਿਮਾਗ ਵਧਣ ਦੇ ਨੁਸਖੇ ਦੇਖ। ਮੈਂ ਦਿੰਦਾ ਤੁਹਾਨੂੰ ਦਿਮਾਗ ਵਧਣ ਦਾ ਨੁਕਤਾ, 2 ਗੋਲੀਆਂ ਲਿਖ ਕੇ ਦੇ ਦਿੰਦਾ, ਗਾਂ ਦੇ ਪਿਸ਼ਾਬ ਨਾਲ ਲੈ ਲਈ, ਹੈ ਝੂਠ ਬੋਲਣ ਦੀ ਸ਼ਕਤੀ 3 ਗੁਣਾ ਵੱਧ ਜੂਗੀ। ਉਹ ਪਾਪੇ ਕਿਉਂ ਬੋਰ ਕਰੀ ਜਾਂਦਾ, ਚੱਲ ਚਾਚਾ ਆਪਾਂ ਚੱਲੀਏ। ਓਏ ਚੱਲ ਚੱਕ ਲੈ ਰਿਕਾਰਡ। ਚੱਲ ਸ਼ੇਰਾਂ ਦਾ ਝੁੰਡ ਹੋਵੇ ਜਿੱਡਾ ਮਰਜੀ, ਜੱਟਾਂ ਦਾ ਸ਼ਿਕਾਰ ਨਹੀਂ ਕੋਈ ਕਰ ਸਕਦਾ। ਕੀ ਹੋ ਗਿਆ ਓਏ ਕੁੱਤਾ ਸੀ, ਸਾਲੇ ਸ਼ਿਕਾਰ ਸ਼ੇਰਾਂ ਦਾ ਕਰਦੇ ਫਿਰਦੇ ਨੇ, ਡਰਦੇ ਕੁੱਤਿਆਂ ਤੋਂ ਨੇ। ਅਈ ਆ ਬਾਤਾਂ ਜਮੀ ਗਈ ਓਏ, ਅਈ ਹਾਏ ਓ ਮੇਰੇ ਕਿੱਡੇ ਕਿੱਡੇ ਚਟਾਕ ਪੈ ਗਏ ਓਏ, ਆ ਵਾਹ ਵੀ ਨਹੀਂ ਹਲਦੀ। ਹਾਏ ਲੈ ਕਲ ਫਰਾ ਲੈਂਦੇ ਹਾਂ, ਬੜੀ ਬਣਾਈ ਮਿਲ ਗਈ। ਹਾਏ ਹਾਏ ਕੋਈ ਕਲ ਫਲਾਉਣ ਵਾਲੀ ਏ ਆ ਜੇ, ਆਏ ਲੱਗਦਾ ਹੁਣ ਤਾਂ ਕਦੇ ਸੁਪਨਾ ਵੀ ਨਹੀਂ ਆਉਣਾ। ਹਾਏ ਹਾਏ ਆ ਓ ਨਹੀਂ 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 ਬਾਪੂ, ਓ ਨਾ ਤੇਰੇ ਚ ਬਾਪੂ ਹੁਣ ਉਹ ਗੱਲ ਹੀ ਨਹੀਂ ਰਹੀ, ਓਏ ਉਹ ਤੰਤ ਹੀ ਨਹੀਂ ਰਿਹਾ ਤੇਰੇ ਚ। ਓਏ ਤੂੰ ਕਿੱਥੋਂ ਇਹਦੀ ਸੈਲਫ ਸਟਾਰਟ ਕਰ ਦੇਗਾ, ਸ਼ਰਤ ਨਾਲ ਇਹ ਨਹੀਂ ਸਟਾਰਟ ਹੁੰਦੀ ਸੈਲਫ।
ਪਕੰਜਰ ਦੇ ਪੁੱਤਾ ਸੈਲਫ ਡਾਈਚ ਹੁੰਦੀ ਏ ਨਹੀਂ, ਨਾਲ ਸਟਾਰਟ ਕਿੱਥੋਂ ਹੋ ਜੂ ਜਦੋਂ ਤੇਰੇ ਵਰਗੇ ਬੇਭਾਗੇ ਬੈਠੇ ਹੁਣ ਕੋਲੇ। ਬਾਪੂ ਊ ਤੂੰ ਸਿਆਣਾ। ਓਏ ਕੌਣ ਕਹਿੰਦਾ ਓਏ? ਚਲੋ ਮੰਨ ਲਓ ਠੀਕ ਹੈ ਬਈ, ਮੇਰੀ ਗੱਲ ਸੁਣੋ। ਸੂਰਜ ਨੂੰ ਨਿਗਲਣ ਵਾਲੇ ਦੀ ਭਲਾ ਪੂਛ ਨੂੰ ਅੱਗ ਲੱਗ ਸਕਦੀ ਹੈ? ਜਾਂ ਤਾਂ ਪੂਛ ਵਾਲੀ ਗੱਲ ਝੂਠੀ ਹੈ ਜਾਂ ਫਿਰ ਸੂਰਜ ਨਿਗਲਣ ਵਾਲੀ ਗੱਲ ਝੂਠੀ ਹੈ। ਉਹ ਤੂੰ ਸਾਲਿਆ ਅੰਬ ਲੈਣੇ ਨੇ ਉਹੀ ਨਾ ਲੋਕਾਂ ਤੋਂ ਕੁੱਟ ਖਾ ਲਈ। ਵੈਸੇ ਇੱਕ ਗੱਲ ਤਾਂ ਹੈਗੀ ਆ, ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਊ ਨਾ ਉਦੋਂ ਇਹ ਗੱਲ ਪੱਕੀ ਲਿਖੀ ਜਾਊ ਬਈ ਜਦੋਂ ਪੰਜਾਬ ਦਾ ਪਾਣੀ ਜ਼ਹਿਰ ਬਣ ਰਿਹਾ ਸੀ ਉਦੋਂ ਲੋਕਾਂ ਨੇ ਚੱਕ ਚੱਕ ਬੂਥੀਆਂ ਦਾਰੂ ਦੀਆਂ ਬੋਤਲਾਂ ਨੂੰ ਵੋਟਾਂ ਪਾ ਦੀਆਂ। ਬਾਪੂ ਆ ਖਬਰ ਸੁਣ, ਪਾਕਿਸਤਾਨ ਨੇ ਚੀਨ ਨੂੰ 3 ਕਰੋੜ ਦੇ ਗਧੇ ਵੇਚਤੇ। ਕਮਲੇ ਨੇ ਮੇਰੇ ਸਾਲੇ ਉਹੀ ਪੈਸੇ ਖਰਚੀ ਜਾਂਦੇ ਨੇ, ਉਰੇ ਮੇਰੇ ਕੋਲੇ ਆ ਜਾਣ, ਆ 3-4 ਗਧੇ ਫ੍ਰੀ 'ਚ ਹੀ ਦੇ ਦੂੰਗਾ, ਨਾਲੇ 10 ਦੇ ਬਰਾਬਰ ਨੇ। ਬਾਪੂ ਮੈਂ ਤੇਰੇ ਦਲੱਤੇ ਮਾਰਦਾ। ਤੂੰ ਮੈਨੂੰ ਕਦੋਂ ਕਿਹਾ? ਹਾਂ ਕਿਹਾ, ਕੀ ਕਰ ਲੇਂਗਾ ਤੂੰ? ਓਏ ਰੋਡੂ, ਆਪਣੇ ਬੱਚਿਆਂ ਨੂੰ ਨਾ ਮਹੀਨੇ 'ਚ 2-3 ਵਾਰੀ ਚਿੜੀਆ ਘਰ ਜ਼ਰੂਰ ਲੈ ਕੇ ਜਾਇਆ ਕਰੀ। ਕਿਉਂ? ਓਏ ਕਿਉਂਕਿ ਉਹ ਆਪਦੇ ਸ਼ੇਰਾਂ ਵਰਗੇ ਬਾਪਾਂ ਨੂੰ ਕਦੇ ਨਾ ਸਮਝਣ ਯਾਰ। ਐ ਸਾਲੇ ਵਿਹਲੇ ਨਿਕੰਮੇ ਬਿਨਾਂ ਗੱਲ ਤੋਂ ਬਿਜੀ ਕਿਸੇ ਥਾਂ ਦੇ। ਓ ਬਾਪੂ ਨੌਕਰੀ ਹੁਣ ਮਿਲਦੀ ਨੀ, ਬਿਜ਼ਨਸ ਕੋਈ ਚੱਲਦਾ ਨੀ, ਹੁਣ ਦੱਸ ਤੇਰੀ ਤੇ ਸਰਕਾਰ ਦੀ ਜਾਨ ਨੂੰ ਰੋਈਏ। ਓਏ ਹਿੰਦੁਸਤਾਨ 'ਚ ਬਿਜ਼ਨਸ ਚਲਾਉਣਾ ਕੀ ਔਖਾ ਹੈਗਾ? ਇੱਥੇ ਤਾਂ ਭਾਵੇਂ ਸੱਪ ਵੇਚਣ ਦੀ ਦੁਕਾਨ ਖੋਲ ਲਓ, ਲੋਕਾਂ ਨੇ ਉਹ ਵੀ ਲੈ ਜਾਣੇ ਆ ਬਈ, ਗੁਆਂਢੇ ਦੇ ਘਰੇ ਛੱਡਿਆ ਕਰਾਂਗੇ। ਓ ਰੋਡੂ ਇੱਕ ਕਟਰ ਮੇਰਾ ਬੁੱਕ ਕਰਦੇ। ਪਾਪੇ ਤੂੰ ਕੀ ਕਰਨੇ ਨੇ? ਮੈਂ ਬੁੜੇ ਦੇ ਸੱਪ ਲੜਾਉਣਾ। ਓਏ ਰੋਡੂ ਮੇਰੇ 2 ਆਰਡਰ ਬੁੱਕ ਕਰਦੇ। ਚਾਚੇ ਤੂੰ ਕੀ ਕਰਨੇ ਨੇ? ਮੈਂ ਕਹਿੰਦੇ ਲੜਾਉਣੇ, ਕਹਿੰਦੇ ਲੜਾਉਣੇ। ਓਏ ਬਣ ਜਾ, ਓਏ ਕੁਛ ਬਣ ਜਾ। ਓਏ ਸਹੀ ਗੱਲ ਆ ਓਏ, ਓਏ ਮੈਂ ਕਹਿਣਾ ਬਾਪੂ ਵਰਗੀ ਬਣ ਜਾ। ਜੇ ਤਾਂ ਚਾਹ 'ਚ ਮੱਖੀ ਡਿੱਗ ਜੇ ਫਿਰ ਤਾਂ ਚਾਹ ਰੋੜ ਦਿਓ, ਘਿਓ 'ਚ ਮੱਖੀ ਡਿੱਗ ਜੇ ਫਿਰ ਘਿਓ 'ਚੋਂ ਮੱਖੀ ਕੱਢ ਕੇ ਸਿੱਟ ਦਿਓ। ਆਹੋ ਬਾਪੂ ਵਰਗੇ ਬਣ ਜਾ, ਬਦਨਾਮੀ ਵਾਧੂ ਕਰਾ ਲਓ। ਯਾਰ ਮੇਰੀ ਗੱਲ ਸੁਣੋ, ਇੱਕ ਗੱਲ ਹੋਰ ਸੋਚਣ ਵਾਲੀ ਆ ਯਾਰ। ਵੀ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਹਨੂਮਾਨ ਦੀ ਮਦਦ ਨਾਲ ਲੰਕਾ ਵਾਲਾ ਪੁਲ ਬਣਾਇਆ ਸੀਗਾ ਉਦੋਂ ਭੂਆ ਸਰੂਪ ਨਖਾ ਫਿਰ ਕਿਹੜੇ ਰਸਤੇ ਆ ਗਈ? ਤੇਰੀ ਮਾਂ ਦੇ ਫੇਰਿਆਂ 'ਚੋਂ। ਨਹੀਂ ਬਾਪੂ ਤੂੰ ਤਾਂ ਗੁੱਸਾ ਕਰਕੇ ਆਪਦਾ ਬੀਪੀ ਵਧਾ ਲੈਣਾ। ਵੈਸੇ ਗੱਲ ਸੋਚਣ ਵਾਲੀ ਹੈ ਵੀ ਭੂਆ ਜੀ ਬੱਗ ਕਿਹੜੇ ਰਸਤੇ ਗਏ? ਭੂਆ ਜੀ ਬੱਗ ਕਿਹੜੇ ਰਸਤੇ ਗਏ? ਤੇਰੇ ਮਾਂ ਲੜਾਈ ਹੋ ਗਈ। ਆ ਦੇਖ ਮੋਰਚਾ, ਬੋਲੇ ਆ ਜਾ। ਜਾਓ ਰੋਡੂ, ਜਾਂ ਪੱਠੇ ਲੈ ਕੇ ਆ ਕੁਤਰੀਏ, ਸਾਲੇ ਨਿਕੰਮੇ ਨਾ ਹੋਣ ਤਾਂ। ਉਹ ਯਾਰ ਟੈਲੀਵਿਜ਼ਨ 'ਤੇ ਬੜਾ ਰੌਲਾ ਪਾ ਰਹੇ ਨੇ, ਕਹਿੰਦੇ ਜੰਗ ਲੱਗੂ। ਮੈਂ ਤਾਂ ਟੈਲੀਵਿਜ਼ਨ ਦੇਖਣਾ ਹੀ ਬੰਦ ਕਰਤਾ, ਸਾਲੇ ਇੰਨਾ ਡਰਾਉਂਦੇ ਐ। ਉਹ ਕਾਹਨੂੰ ਬਾਰੂ, ਤੈਨੂੰ ਪਤਾ ਤਾਂ ਹੈ ਵੋਟਾਂ ਨੇੜੇ ਆ ਗਈਆਂ। ਪਰ ਆ ਸਲਵਾਰ ਪਾ ਕੇ ਭੱਜਣ ਵਾਲਾ ਬਾਬਾ ਵੀ ਕਹਿੰਦਾ ਜੰਗ ਲਾਓ। ਉਹ ਕਾਹਨੂੰ ਬਾਰੂ, ਉਹ ਇਹਨਾਂ ਮੇਰੇ ਸਾਲਿਆਂ ਦੇ ਰੰਨ ਨੀ ਕੰਨ ਨੀ। ਉਹ ਲੀਡਰਾਂ ਦਾ ਇੱਕ ਇੱਕ ਮੁੰਡਾ ਭੇਜੋ ਫੌਜ 'ਚ, ਉਹ ਫੇਰ ਦੇਖਦੇ ਅੱਤਵਾਦੀ ਹਮਲੇ ਕਿਵੇਂ ਕਰਦੇ ਨੇ। ਉਹ ਦਲਾਲ ਮੀਡੀਆ ਤੇ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖਤਾ। ਸਹੀ ਗੱਲ ਹੈ ਬਈ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਆ, ਮੇਰੇ ਪਿਆਰੇ ਵੀ ਤੈਨੂੰ ਕਿਉਂ ਨਾ ਤਾਰੂ ਬੰਦੇ ਆ। ਪਾਪੇ ਹਾਂ, ਆ ਕੁੱਤੇ ਝਾਕੀ ਹੁੰਦੀ ਆ ਉਹ ਕਿਸਾਨਾਂ ਨੂੰ ਕਰਜ਼ੇ ਦੀ, ਬੇਕਰਿਆਂ ਨੂੰ 5 ਮਰਲੇ ਦੀ, ਹੈ ਕੈਨੇਡਾ ਵਾਲਿਆਂ ਨੂੰ ਪੀਆਰ ਦੀ, ਤੇ ਲੀਡਰਾਂ ਨੂੰ ਵੋਟਾਂ ਦੀ, ਇਹਨੂੰ ਕੁੱਤੇ ਝਾਕ ਕਹਿੰਦੇ ਨੇ? ਫੇਰ ਤਾਂ ਭੋਲੇ ਚਾਚੇ ਨੂੰ ਵੀ ਵਿਆਹ ਦੀ ਕੁੱਤੇ ਝਾਕ ਆ। ਜਿੱਤਰਾਂ ਤੇਰੇ ਬਾਪ ਨੂੰ ਛਿੱਤਰਾਂ ਕੀ ਕੁੱਤੇ ਝਾਕ ਰਹਾ। ਰੋਡੂ ਤੇਰੀ ਮਾਂ ਦਾ ਸੁਭਾਅ ਕਿੰਨਾ ਮਜ਼ਾਕੀਆ ਹੁੰਦਾ ਜਾਂਦਾ ਹੈ ਨਾ। ਆਹਾ ਭਗਵਾਨ ਨੇ ਆਲੂ ਵਾਲੇ ਪਰੌਂਠੇ ਬਣਾ ਫਿਰ ਕੇ ਰਾਂ ਗੋਲ ਗੋਲ। ਆਹਾ ਇੰਨੀਆਂ ਰੋਟੀਆਂ ਚੋਂ ਸਕਾ ਹਟਿਆ ਤਾ, ਐਂਡੀ ਛੇਤੀ ਕੂਤਰੇ ਚੁੰਗੋ ਗਏ ਤੈਨੂੰ? ਬਹੁਤ ਭੁੱਖ ਲੱਗੀ ਹੈ। ਓ ਆ ਖਬਰ ਸੁਣੋ, ਪਤੀ ਦੇ ਪ੍ਰੇਮਿਕਾ ਨਾਲ ਸੰਬੰਧ ਹੋਣ ਤੇ ਪਤਨੀ ਨੇ ਕੀਤਾ ਪਤੀ ਦਾ ਕਤਲ, ਮਾਰ ਕੇ ਲਾਸ਼ ਅੰਦਰ ਦੱਬੀ ਤੇ ਉੱਤੇ ਲਵਾਇਆ ਫਰਸ਼। ਅਹੀਂ ਜੇ ਖਬਰਾਂ ਨਹੀਂ ਪੜੀ ਨੇ ਪੁੱਤ, ਇਹ ਤਾਂ ਭੜਕਾਊ ਖਬਰਾਂ ਨੇ, ਜਾ ਕਾਲ 'ਚ ਵਗ ਜਾ। ਚੰਗਾ ਪਾਪੇ, ਮੇਰਾ ਤਾਂ ਦਿਲ ਜਾ ਕੰਬਣ ਲੱਗ ਗਿਆ। ਆ ਮਾੜਾ ਜਿਹਾ ਦੁੱਧ 'ਚ ਪੱਤੀ ਪਾ ਦੇ, ਨਾਲੇ ਮੈਨੂੰ ਰੋਟੀ ਤਿਆਰ ਕਰ। ਪਹਿਲਾਂ ਝਾੜੂ ਮਾਰ ਕੇ ਨਾ 4 ਕੁ ਭਾਂਡੇ ਚੱਕ, ਨਾਲੇ ਕੱਪੜੇ ਧੋ ਦੇ, ਢੇਰ ਲੱਗਿਆ ਪਿਆ ਏ, ਮੈਨੂੰ ਹੋਰ ਬਥੇਰੇ ਸਿਆਪੇ ਆ ਕਰਨੇ ਵਾਲੇ। ਸ਼ਰਮ ਮੰਨ ਘਟੀਆ ਕਿਸਮ ਦੀ ਲੇਡੀ, ਆਪਣੇ ਪਤੀ ਪਰਮੇਸ਼ਰ ਤੋਂ ਕੰਮ ਕਰਵਾਉਣੀ ਆ? ਉਹ ਮੈਂ ਜੱਟ ਆ, ਨੌਕਰ ਨਹੀਂ ਇਸ ਘਰ ਦਾ। ਅੱਛਾ ਕਿਆ ਕਰ ਲਊਂਗਾ ਤੂੰ? ਜੇ ਰੋਟੀ ਖਾਣੀ ਹੈ ਨਾ ਤਾਂ ਰੋਟੀ ਜੋਗਾ ਕੰਮ ਕਰ ਬੰਦਾ ਬਣ ਕੇ। ਜੇ ਲੜਾਈ ਦਾ ਐਡਾ ਸ਼ੌਕ ਹੈ ਨਾ ਬਾਰਡਰ ਤੇ ਚਲੀ ਜਾ, ਨਾਲੇ ਮਾਹੌਲ ਗਰਮ ਹੈ। ਬਾਰਡਰ ਪਰ ਤਾਂ ਜਾਊਂਗੀ, ਪਹਿਲਾਂ ਤੇਰਾ ਮੋਰਚਾ ਤਬਾਹ ਕਰਕੇ ਜਾਊਂਗੀ ਦੁਸ਼ਮਣ। ਤੇਰਾ ਸੁਭਾਅ ਨਹੀਂ ਬਦਲਦਾ। ਬਦਲਣਾ ਰਾਮ ਕਰ ਲਾ ਭੋਰਾ, ਥੱਕ ਗਈ ਬੈਠੀ ਬੈਠੀ। ਨਾਲੇ ਹੋਰ ਸੁਣ, ਸਾਰੇ ਕੰਮ ਦਬਾ ਦਬ ਖਤਮ ਕਰ ਲੈ, ਨਹੀਂ ਮੇਤੇ ਬੁਰਾ ਕੋਈ ਨੀ। ਹੇ ਸੱਚਿਆ ਪਾਤਸ਼ਾਹ, ਮੈਂ ਤਾਂ ਕਹਿਣਾ ਪਾਕਿਸਤਾਨ ਵਾਲਿਆਂ ਨਾਲ ਲੜਾਈ ਲੱਗ ਜੇ। ਹੇ ਮੇਰੇ ਪਾਕਿਸਤਾਨੀ ਭਰਾਵੋ,
ਕੋਈ ਇਹੋ ਜਿਹਾ ਪਰਮਾਣੂ ਇਸ ਜਨਾਨੀ ਤੇ ਸਿੱਟੋ, ਇਹਨੂੰ ਸਦਾ ਵਾਸਤੇ ਖਤਮ ਕਰ ਦੋ, ਇਹਦਾ ਵਜੂਦ ਖਤਮ ਕਰ ਦੋ। ਇੱਕ ਤਾਂ ਹੋਈਆਂ ਖਬਰਾਂ ਪੜ੍ਹਨ ਵਾਲੀਆਂ, ਹੈ ਇੱਕੋ ਹੀ ਇਹ, ਇਹਨਾਂ ਨੂੰ ਫੜ ਕੇ ਪਾਕਿਸਤਾਨ ਦੇ ਪਰਲੇ ਬਾਰਡਰ ਦੇ ਪਾਰ ਸੁੱਟ ਦੋ, ਫਿਰ ਇਹਨਾਂ ਦੀ ਟੈਂ ਟੈਂ ਬੰਦ ਹੋਊਗੀ। ਤੈਨੂੰ ਕਿਉਂ ਨਾ ਤਾਰੂ ਬੰਦਿਆ, ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਉਹ ਮੇਰੀ ਗੱਲ ਸੁਣ, ਅੱਛੇ ਦਿਨ ਆਏ ਨਹੀਂ, ਲੋਕਾਂ ਦਾ ਕਾਲਾ ਧਨ ਵਾਪਸ ਆਇਆ ਨਹੀਂ, ਬੈਂਕਾਂ ਚ 15 ਲੱਖ ਆਇਆ ਨਹੀਂ, ਫੇਰ ਦੱਸੋ ਕਾਹਦਾ ਵਿਕਾਸ? ਕਾਹਦਾ ਵਿਕਾਸ? ਸਰਕਾਰ ਚਲਾ ਰਹੀ ਆ ਉਦਯੋਗਪਤੀ, ਬਦਨਾਮ ਹੋ ਰਿਹਾ ਮੁਸਲਮਾਨ, ਬੇਇੱਜ਼ਤ ਹੋ ਰਿਹਾ ਦਲਿਤ, ਇਸਤੇਮਾਲ ਹੋ ਰਿਹਾ ਹਿੰਦੂ ਤੇ ਮਰ ਰਿਹਾ ਗਰੀਬ। ਉਹ ਛੱਡੋ ਯਾਰ ਸਾਰੀਆਂ ਗੱਲਾਂ, ਤੈਨੂੰ ਬਾਈ ਇਸ ਵਾਰ ਕਾਲੇ ਦਾ ਪ੍ਰਧਾਨ ਨਾ ਬਣਾ ਦਈਏ ਯਾਰ। ਉਹ ਨਾ ਨਾ ਬਾਈ, ਆਪਾਂ ਉੱਪਾ ਨਹੀਂ ਪ੍ਰਧਾਨ ਪ੍ਰਧੂਨ ਬਣਦੇ। ਉਹ ਨਾਲੇ ਮੇਰੀ ਗੱਲ ਸੁਣੋ, ਆ ਜਿਹੜੇ ਫੇਸਬੁੱਕ ਤੇ ਬਹਿ ਕੇ ਰੌਲਾ ਨਹੀਂ ਪਾਉਂਦੇ ਹੈਗੇ ਵੀ ਅਸੀਂ ਜਾਵਾਂਗੇ ਜੰਗ ਤੇ ਅਸੀਂ ਜਾਵਾਂਗੇ, ਉਹ ਤਾਂ ਸਾਲੇ ਰਾਤ ਨੂੰ ਮੂਤਣ ਲੱਗੇ ਵੀ ਨਾਲ ਬੰਦਾ ਲੈ ਕੇ ਜਾਂਦੇ ਨੇ। ਪੱਕੀ ਗੱਲ ਆ ਯਾਰ, ਮੁੰਡਾ ਸੀ ਕੂਲੇ ਪੱਤ। ਓ ਰੱਡੂ ਆ ਦੇਖੋ, ਆ ਦੇਖ ਆ ਮੇਰੇ ਨਾਲ ਕਿੰਨੇ ਜਣੀਆਂ ਨੇ ਵੀਡੀਓ ਬਣਾਈ ਆ, ਦੇਖਿਆ? ਉਹ ਪਾਪੇ ਤੇਥੋਂ ਤਾਂ ਵੱਧ ਮੇਰੇ ਨਾਲ ਨੇ। ਤੈਨੂੰ ਪਤਾ ਕਿੰਨੇ ਵੱਧ ਗਏ ਲਾਈਕ ਮੈਨੂੰ? ਪਾਪੇ ਇੱਕ ਗੱਲ ਪੁੱਛਾਂ, ਜੇ ਤੈਨੂੰ ਲਾਟਰੀ 'ਚ 3 ਕਰੋੜ ਨਿਕਲਿਆ ਫਿਰ ਕੀ ਕਰੇਗਾ? 3 ਕਰੋੜ ਫਿਰ ਮੈਂ ਚੌਂਕੀਦਾਰ ਤੇ ਚੌਂਕੀਦਾਰ ਦੇ ਬੰਦਿਆਂ ਤੋਂ ਲੁਕੋ ਕੇ ਰੱਖੂੰਗਾ। ਹੈਂ ਹੈਂ ਪਾਪੇ, ਉਹ ਤਾਂ ਆਪਣੇ ਕਣੀ ਆ ਰਿਹਾ। ਓਏ ਓਏ ਪਾਕਿਸਤਾਨ ਦੇ ਪਰਮਾਣੂ ਬੰਬ ਸਿੱਟਦਾ ਓਏ। ਉਹ ਨਹੀਂ ਪਾਪੇ, ਇਹ ਤਾਂ ਮੈਨੂੰ ਪੀਕੇ ਦਾ ਜੰਤਰ ਮੰਤਰ ਜਿਹਾ ਲੱਗਦਾ। ਹੈਂ ਇਹ ਤਾਂ ਪੀ ਕੇ ਆ। ਤੁਸੀਂ ਸਭ ਠੀਕ ਹੋ? ਮੈਨੂੰ ਤੁਹਾਡੀ ਬਹੁਤ ਫਿਕਰ ਹੋ ਰਹੀ ਸੀ, ਤੁਹਾਡੇ ਮੀਡੀਆ ਨੇ ਬਹੁਤ ਗਾਹ ਪਾ ਰੱਖਿਆ ਕਿ ਜੰਗ ਲੱਗਣ ਵਾਲੀ ਆ। ਹੈ? ਤੁਹਾਡੇ ਤੱਕ ਵੀ ਗੱਲ ਪਹੁੰਚ ਗਈ? ਝੂਠ ਬੋਲਣ ਦੇ ਵਿੱਚ ਪੂਰੀ ਦੁਨੀਆ 'ਚ ਤਾਂ ਕੀ, ਪੂਰੇ ਬ੍ਰਹਿਮੰਡ 'ਚ ਮਸ਼ਹੂਰ ਹੋ ਚੁੱਕਿਆ ਤੁਹਾਡਾ ਇੰਡੀਆ। ਸਭ ਤੋਂ ਵੱਧ ਦੰਗੇ ਕਰਾਉਣ ਤੇ ਲੋਕਾਂ ਨੂੰ ਭੜਕਾਉਣ ਦੇ ਵਿੱਚ ਤੁਹਾਡਾ ਵਿਕਾਊ ਮੀਡੀਆ ਪੂਰਾ ਯੋਗਦਾਨ ਪਾ ਰਿਹਾ। ਭੁੱਖਮਰੀ ਨਾਲ ਕਿੰਨੇ ਲੋਕ ਮਰ ਰਹੇ ਨੇ, ਬੇਰੁਜ਼ਗਾਰੀ ਦਾ ਬੁਰਾ ਹਾਲ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਇਹ ਮੀਡੀਆ ਇਹ ਕਿਉਂ ਨਹੀਂ ਦਿਖਾਉਂਦਾ ਹੈਗਾ? ਸਹੀ ਗੱਲ ਆ। ਚੱਲ ਯਾਰ ਚੱਲ ਕਰ, ਚੱਲ ਫਿਰ ਤੂੰ ਘਰੇ, ਬਾਅਦ ਚੋਂ ਜਾਵਾਂਗੇ, ਪਹਿਲਾਂ ਮੈਨੂੰ ਪੈਗ ਲਵਾਓ ਜਿਹੜਾ ਤੁਸੀਂ ਪਿਛਲੀ ਵਾਰ ਲਵਾਇਆ ਸੀ। ਹਾਂ ਬਾਪੂ ਜੀ ਗੱਲ ਤਾਂ ਤੇਰੀ ਠੀਕ ਹੈ। ਹਾਂ ਹਾਂ, ਉਹ ਤਾਂ ਹੀ ਆਪਣਾ ਦੇਸ਼ ਗਰੀਬ ਹੈ। ਗਰੀਬ ਤਾਂ ਹੋਣਾ ਹੀ ਆ, 3000 ਕਰੋੜ ਦੀ ਮੂਰਤੀ, 4200 ਕਰੋੜ ਕੁੰਭ ਦਾ ਮੇਲਾ, ਇਹ ਤੁਹਾਡਾ ਮੁਲਕ ਗਰੀਬ ਨਹੀਂ, ਸਗੋਂ ਇਹਨੂੰ ਬਣਾਇਆ ਜਾ ਰਿਹਾ। ਉਹ ਪੀ ਕੇ ਸਭ ਤੋਂ ਵੱਧ ਨਾ ਪੁਆੜੇ ਦੀ ਜੜ ਧਰਮ ਹੈ, ਇਹ ਜਿਹੜੇ ਲੀਡਰ ਨੇ ਧਰਮ ਦੇ ਨਾਂ ਤੇ ਸਾਲੇ ਵੋਟਾਂ ਮੰਗਦੇ ਨੇ। ਲੰਮੇ ਸਮੇਂ ਤੱਕ ਇਹ ਤੁਹਾਨੂੰ ਮੂਰਖ ਨਹੀਂ ਬਣਾ ਸਕਦੇ, ਲੇਕਿਨ ਧਰਮ ਇੱਕ ਅਜਿਹਾ ਖੇਤਰ ਆ ਜਿੱਥੇ ਲੋਕ ਪੀੜ੍ਹੀ ਦਰ ਪੀੜ੍ਹੀ ਮੂਰਖ ਬਣਦੇ ਨੇ। ਇਹੋ ਜਿਹੀ ਗੱਲ ਨਹੀਂ ਹੈ ਪੀ ਕੇ, ਸਾਡੇ ਮੁਲਕ ਦੇ ਵਿੱਚ ਹਲੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਬੈਠੇ ਹੈ। ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹਨਾਂ ਅੰਦਰ ਆਜ਼ਾਦੀ ਦੀ ਅੱਗ ਤੁਖਦੀ ਰਹਿੰਦੀ ਆ, ਜਿਉਂਦੀ ਮੱਛੀ ਵਹਿਣ ਦੇ ਉਲਟ ਤੁਰਦੀ ਆ ਤੇ ਮਰੀ ਹੋਈ ਵਹਿਣ ਦੇ ਨਾਲ ਤੁਰਦੀ ਆ। ਫਿਰ ਤੁਸੀਂ ਕਿਸ ਨੂੰ ਮੰਨਦੇ ਹੋ? ਵਿਗਿਆਨ ਨੂੰ। ਸਾਡੇ ਨਾਸਤਿਕ ਦੇਸ਼ਾਂ ਵਿੱਚ ਕੋਈ ਕਿਸੇ ਦਾ ਫੋਨ ਤੱਕ ਚੋਰੀ ਨਹੀਂ ਕਰਦਾ, ਤੇ ਤੁਹਾਡੇ ਧਾਰਮਿਕ ਸਥਾਨਾਂ ਤੇ ਚੱਪਲਾਂ ਵੀ ਜਮ੍ਹਾਂ ਕਰਾਉਣੀਆਂ ਪੈਂਦੀਆਂ ਨੇ। ਜਿਹੜੇ ਮੁਲਕ ਨਾਸਤਿਕ ਨੇ ਉਹ ਤੁਹਾਡੇ ਤੋਂ ਕਿਤੇ ਅੱਗੇ ਨੇ। ਰੱਬ ਨਰਕ ਜਮਰਾਜ ਦਾ ਡਰ ਦੇ ਕੇ ਅਗਰ ਅਪਰਾਧ ਘਟਦੇ ਹੁੰਦੇ ਤਾਂ ਭਾਰਤ ਵਿੱਚ ਕੋਈ ਵੀ ਅਪਰਾਧੀ ਨਾ ਹੁੰਦਾ। ਸਹੀ ਗੱਲ ਹੈ ਚਾਚਾ, ਹਾਲੈਂਡ ਦੁਨੀਆ ਦਾ ਇੱਕ ਨਾਸਤਿਕ ਦੇਸ਼ ਹੈ, ਉਹਨਾਂ ਦੇ ਅਪਰਾਧ ਦੀ ਰੇਸ਼ੀਓ 0 ਹੋਣ ਕਰਕੇ ਉਹਨਾਂ ਦੀ ਸਰਕਾਰ ਨੇ ਜੇਲ੍ਹਾਂ ਬੰਦ ਕਰ ਦਿੱਤੀਆਂ ਤੇ ਉਹ ਲੋਕ ਰੱਬ ਨਾਲੋਂ ਜ਼ਿਆਦਾ ਵਿਸ਼ਵਾਸ ਇਨਸਾਨੀਅਤ ਤੇ ਕਰਦੇ ਨੇ। ਜੰਗਲ ਖਤਮ ਹੋ ਰਿਹਾ ਸੀ, ਲੋਕ ਇਹ ਸਮਝ ਕੇ ਕੁਹਾੜੀ ਨੂੰ ਵੋਟ ਪਾ ਰਹੇ ਸੀ ਕਿ ਦਸਤਾ ਸਾਡੀ ਬਰਾਦਰੀ ਦਾ, ਸਾਡਾ ਮੁਲਕ ਵੀ ਕਮਾਲ ਦਾ। ਕੁਰਸੀ ਬਣਾਉਣ ਲਈ ਦਰਖਤ ਵੱਢ ਰਿਹਾ ਤੇ ਕੁਰਸੀ ਬਚਾਉਣ ਲਈ ਸਿਰ।
ਓਏ ਹੁਣ ਤਾਂ ਜਿਹੜੇ ਮੀਡੀਆ ਵਾਲੇ ਨੇ ਨਾ ਸੌਹਾਂ ਖਾ ਖਾ ਕੇ ਖਬਰਾਂ ਦਿਆ ਕਰਨਗੇ। ਬਈ ਰੱਬ ਦੇ ਵਾਸਤੇ ਸਾਡਾ ਯਕੀਨ ਮੰਨੋ, ਖਬਰ ਸੱਚੀ ਹੈ, ਸਾਨੂੰ ਭਗਵਾਨ ਦੀ ਕਸਮ ਖਬਰ ਸੱਚੀ ਹੈ, ਸਾਡਾ ਯਕੀਨ ਕਰੋ। ਪਰ ਲੋਕਾਂ ਨੇ ਯਕੀਨ ਨਹੀਂ ਕਰਨਾ। ਤੂੰ ਮੇਰੇ ਸਾਲਿਆਂ ਦਾ ਮੂੰਹ ਬੰਦ ਰੱਖਿਆ ਕਰ, ਹੋਰ ਚਿੱਤਰ ਖਾ ਲੇਗਾ ਮੇਰੇ ਤੋਂ। ਲੋਕਾਂ ਨੇ ਘਰ ਭੰਨ ਦੇਣਾ ਤੇਰਾ ਆ ਕੇ। ਬਕੜਬਾ ਬਕੜਬਾ ਬੋਲੀ ਜਾਂਦਾ, ਜਾਓ ਰੋਡੂ ਆਪਣਾ ਇਹਨੂੰ ਆਪਦੇ ਗਲਜ ਚ ਘੁਮਾ ਕੇ ਲਿਆ। ਆ ਜਾ ਪੀਕੇ ਚੱਲੀਏ। ਉਹ ਤੂੰ ਐਂ ਦੱਸ, ਤੂੰ ਖੋਸੜੇ ਖਾਣ ਦਾ ਛਿੱਤਰ ਖਾਣ ਦਾ ਠੇਕਾ ਲਿਆ ਹੋਇਆ? ਕਦੇ ਮੇਰੇ ਤੋਂ ਖਾ ਲੇ, ਕਦੇ ਬਾਹਰੋਂ ਖਾ ਲੇ। ਉਹ ਭੋਲੇ, ਯਾਓ ਦੇਖ ਇੱਕ ਨਵੀਂ ਖਬਰ, ਲੈ ਦੇਖ ਕਹਾਂ ਕਰੀਨਾ ਕਪੂਰ ਫੇਰ ਪ੍ਰੈਜ਼ੀਡੈਂਟ ਹੋ ਗਈ। ਉਹ ਪ੍ਰੈਗਨੈਂਟ ਕਹਿੰਦੀ ਹੈ। ਹਾਂ ਹਾਂ ਯਹੀ ਕਹਿਣ ਲੱਗੀ ਸੀ ਮੈਂ। ਹਾਂ ਯਹੀ ਚੌਵੀ ਘੰਟੇ ਫੋਨ ਤੇ ਕੱਲ ਚ ਸਿਰਫ ਕੁੜੀਆਂ ਦੀਆਂ ਗੱਲਾਂ। ਤੁਹਾਡੇ ਚੋਂ ਕਿਸੇ ਦੇ ਕੋਈ ਅਸੂਲ ਨਹੀਂ ਹੈਗੇ। ਤੁਸੀਂ ਤੇ ਸਰਕਾਰਾਂ ਨੇ ਇੱਕ ਦਿਨ ਦੇਸ਼ ਨੂੰ ਬਰਬਾਦ ਕਰ ਦੇਣਾ ਹੈ। ਰਿਜ਼ਰਵੇਸ਼ਨ ਨੇ ਸਾਡੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ, ਵਰਨਾ ਅਸੀਂ ਪਹਿਲਾਂ ਇੰਗਲੈਂਡ ਤੇ ਰਾਜ ਕਰਦੇ ਸੀ। ਅਮਰੀਕਾ ਚੰਨ ਤੇ ਹੁਣ ਪਹੁੰਚਿਆ ਤੇ ਅਸੀਂ ਹਜ਼ਾਰਾਂ ਸਾਲ ਪਹਿਲਾਂ ਇੱਕ ਮਾਈ ਭੇਜੀ ਸੀ ਚਰਖਾ ਕੱਤਣ ਲਈ, ਤੇ ਅੱਜ ਵੀ ਕੱਤੀ ਜਾਂਦੀ ਆ ਚਰਖਾ, ਮਰਦੀ ਨਹੀਂ ਹੈਗੀ। ਹੈ ਪਿਗੇ ਬਾਈ, ਤੁਹਾਡੇ ਮੰਗਲ ਗ੍ਰਹਿ ਤੇ ਪਖੰਡ ਹੈਗਾ। ਨਹੀਂ, ਅਸੀਂ ਹਜ਼ਾਰਾਂ ਸਾਲ ਪਹਿਲਾਂ ਕੰਪਿਊਟਰ ਬਣਾਇਆ। ਉਹ ਅਸੀਂ ਹਜ਼ਾਰਾਂ ਸਾਲ ਪਹਿਲਾਂ ਸ਼ਿਵਲਿੰਗ ਬਣਾਏ ਨੇ। ਅਸੀਂ ਹਜ਼ਾਰਾਂ ਸਾਲ ਪਹਿਲਾਂ ਧਰਤੀ ਚੋਂ ਪੈਟਰੋਲ ਤੇ ਡੀਜ਼ਲ ਕੱਢਿਆ। ਉਹ ਅਸੀਂ ਹਜ਼ਾਰਾਂ ਸਾਲ ਪਹਿਲਾਂ ਪੀਰ ਬਾਬੇ ਦੀਆਂ ਕਬਰਾਂ ਲੱਭੀਆਂ। ਅਸੀਂ ਹਜ਼ਾਰਾਂ ਸਾਲ ਪਹਿਲਾਂ ਹਵਾਈ ਜਹਾਜ਼ ਉਡਾਏ। ਉਹ ਸਾਡੇ ਦੇਸ਼ ਵਾਲਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਪੂੰਛ ਤੋਂ ਫੜ ਕੇ ਹਾਥੀ ਉਡਾਏ ਸੀ, ਉਹ ਹੁਣ ਤੱਕ ਬਾਕੀ ਹੈ। ਕੈਨੇਡਾ ਅਮਰੀਕਾ ਦੀਆਂ ਜਨਾਨੀਆਂ ਓਲੰਪਿਕ ਖੇਡਦੀਆਂ ਨੇ। ਉਹ ਸਾਡੇ ਵਾਲਿਆਂ ਜਨਾਨੀਆਂ ਬਾਬੇ ਤਾਂਤਰਿਕ ਅੱਗੇ ਖੇਡਦੀਆਂ ਨੇ। ਅਮਰੀਕਾ ਨੇ ਸਰਚ ਕਰਨ ਲਈ ਗੂਗਲ ਬਣਾਇਆ। ਉਹ ਸਾਡੇ ਬਾਬੇ ਸਭ ਕੁਛ ਦੱਸ ਦਿੰਦੇ ਨੇ ਕਿ ਮੇਰੇ ਇਸ ਕਰ ਲੂ ਕੋਈ ਸਾਡੇ ਮਹਾਨ ਦੇਸ਼ ਦੀ। ਆਰਥਿਕ ਤੌਰ ਤੇ ਤੁਸੀਂ ਵਰਲਡ ਪਾਵਰ ਹੋ ਸਕਦੇ ਹੋ, ਪਰ ਪਖੰਡਬਾਜ਼ ਵਿੱਚ ਅਸੀਂ ਆ ਸਭ ਤੋਂ ਅੱਗੇ। ਜਿਸ ਮੁਲਕ ਦੀ ਜਨਤਾ ਦੇ ਆਦਰਸ਼ ਸ਼ਰਾਬ, ਬਲੀ, ਕਾਮੁਕਤਾ ਵਾਲੇ ਦੇਵੀ ਦੇਵਤੇ ਹੋਣ, ਉੱਥੋਂ ਦੀ ਪਨੀਰੀ ਕਿਹੋ ਜਿਹੀ ਹੋ ਸਕਦੀ ਆ, ਉੱਥੋਂ ਦੇ ਬੂਟੇ ਕਿਹੋ ਜਿਹੇ ਹੋ ਸਕਦੇ ਨੇ, ਇਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ। ਉਹ ਕੀ ਕਰੀਏ ਯਾਰ, ਬਾਬੇ ਕਲਾਕਾਰ ਬਣੀ ਜਾਂਦੇ ਨੇ, ਕਲਾਕਾਰ ਨੇਤਾ ਬਣੀ ਜਾਂਦੇ ਨੇ, ਨੇਤਾ ਚੋਰ ਬਣੀ ਜਾਂਦੇ ਨੇ, ਚੋਰ ਲੁਟੇਰੇ ਬਣੀ ਜਾਂਦੇ ਨੇ, ਤੇ ਲੁਟੇਰੇ ਬਾਬੇ ਬਣੀ ਜਾਂਦੇ ਨੇ। ਪੜ੍ਹੇ ਲਿਖੇ ਬੇਰੁਜ਼ਗਾਰ ਨੇ ਤੇ ਅਨਪੜ੍ਹ ਦੇਸ਼ ਚਲਾ ਰਹੇ ਨੇ। ਸਿਆਸਤ ਹੈ ਬੁੱਢੇ ਮਕਾਰਾਂ ਦੇ ਹੱਥ 'ਚ ਤੇ ਵਿਦਿਆ ਵਿਚਾਰੀ ਗਵਾਰਾਂ ਦੇ ਹੱਥ 'ਚ। ਪੀਕੇ, ਇਸ ਵਾਰ ਮੈਂ ਤੇਰੇ ਨਾਲ ਚੱਲੂਗਾ। ਉੱਥੇ ਜਾ ਕੇ ਮੈਂ ਤਾਂ ਇਹ ਦੇਖਣਾ ਵੀ ਇੱਥੇ ਗ੍ਰਹਿ ਤੇ ਮੈਨੂੰ ਨਜ਼ਾਰੇ ਆਉਂਦੇ ਨੇ ਕਿ ਜਾਂਦੇ ਨੇ, ਆਉਂਦੇ ਨੇ ਕਿ ਜਾਂਦੇ ਨੇ। ਆ ਜਾ ਪੱਟੀ ਕਿਤਾ ਕਬੜਾਈਏ, ਮੰਗਲ ਗ੍ਰਹਿ ਤੇ ਭੇਜ ਦੀ। ਬਾਪੂ, ਹਾਂ ਉਹ ਬਾਪੂ, ਅੱਜ ਦੇਖੀ, ਅੱਜ ਮੈਂ ਪੀਕੇ ਦੇ ਸਾਹਮਣੇ ਆ ਜ਼ਹਿਰ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ। ਬਸ ਬਸ ਹੁਣ ਨਾ ਮੈਨੂੰ ਰੋਕੀ, ਓਏ ਰੋਕੀ ਨਾ, ਬੈਠਾ ਰਹਿ, ਹੁਣ ਨਾ ਰੋਕੀ, ਹੁਣ ਨਹੀਂ ਮੈਂ ਰੁਕਦਾ। ਹਲੇ ਮੇਰੇ ਦਿਮਾਗ 'ਚ ਫਰਕ ਹੈ, ਮੈਂ ਤੈਨੂੰ ਰੋਕੂਗਾ। ਮੇਰਾ ਮੰਗਲ ਮੰਗਲ ਗ੍ਰਹਿ ਤੋਂ ਕਿਤੋਂ ਵਿਆਹ ਕਰਾ ਦੇ ਯਾਰ, ਮੈਂ ਤੇਰੀਆਂ ਮਿੰਨਤਾਂ ਕਰਦਾ। ਓਏ ਤੇਰੀ ਕਿਸਮਤ 'ਚ ਤਾਂ ਉਰੇ ਨੀ ਕੁੜੀ ਲਿਖੀ ਹੋਈ, ਮੰਗਲ ਗ੍ਰਹਿ 'ਚ ਕਿੱਥੋਂ ਹੋਊਗੀ। ਓ ਯਾਰ ਸੁਣੋ, ਕੰਮ ਦੀ ਗੱਲ ਸੁਣੋ ਸੁਣੋ, ਡਾਕਟਰ ਭੀਮ ਰਾਓ ਅੰਬੇਦਕਰ ਆਪਣੇ ਪਿਓ ਦੀ 14ਵੀਂ ਲਾਸ ਸੀ, ਰਵਿੰਦਰਨਾਥ ਟੈਗੋਰ ਦੀ 14ਵੀਂ ਲਾਸ ਸੀ, ਸੁਭਾਸ਼ ਚੰਦਰ ਬੋਸ 14 ਭੈਣ ਭਰਾਵਾਂ ਵਿੱਚੋਂ 9ਵੇਂ ਨੰਬਰ ਤੇ ਸੀ, ਤੇ ਵਿਵੇਕਾਨੰਦ 10 ਭੈਣ ਭਰਾਵਾਂ ਵਿੱਚੋਂ 6ਵੇਂ ਸਥਾਨ ਤੇ ਸੀ, ਤੇ ਕ੍ਰਿਸ਼ਨ ਭਗਵਾਨ ਜੀ ਵੀ 8ਵੇਂ ਸਥਾਨ ਤੇ ਸੀ। ਹੈ ਉਹ ਮੈਂ ਕਹਿੰਦੇ ਸਥਾਨ ਤੇ ਆ, ਓਏ ਤੇਰੇ ਪਹਿਲੇ ਸਥਾਨ ਨੇ ਤਾਂ ਸਾਡੇ ਘਰ ਦਾ ਬੇੜਾ ਗਰਕ ਕਰਤਾ। ਉਹ ਹਰਾਮ ਖੋਰ ਨੂੰ ਲੱਭੋ ਜਿਹਦੇ ਕਹਿਣ ਦੇ ਚੱਕਰ 'ਚ ਹਮ ਦੋ ਹਮਾਰੇ ਦੋ ਸਾਡੇ ਮਹਾਂਪੁਰਸ਼ੀ ਜੰਮਣੋ ਬੰਦ ਹੋ ਗਏ। ਓ ਪਾਪੇ, ਤੂੰ ਵੀ ਹੋਰ ਜੰਮ ਲੈਂਦਾ। ਓਏ ਬਾਪੂ, ਯਾਰ ਤੂੰ ਹੀ ਜੰਮ ਲੈਂਦਾ, ਕੀ ਪਤਾ ਆਪਣੇ ਘਰੇ ਕੋਈ ਮਹਾਂਪੁਰਖੀ ਪੈਦਾ ਹੋ ਜਾਂਦੇ। ਓ ਭੋਲਿਆ, ਵਿਆਹ ਤਾਂ ਤੇਰਾ ਹੁਣ ਨਹੀਂ ਹੁੰਦਾ, ਇੰਨੇ ਚੁਣ ਜੋ ਤੇਰਾ ਕਿੱਥੋਂ ਵਿਆਹ ਹੋ ਜਾਂਦਾ। ਓਏ ਸਹੀ ਗੱਲ ਹੈ ਯਾਰ, ਛੜੇ ਬੰਦੇ ਦੀ ਤਾਂ ਕੋਈ ਜੂਨ ਨਹੀਂ। ਲੈ ਜੇ ਕਿਤੇ ਸਹੀ ਟਾਈਮ ਤੇ ਮੇਰਾ ਵਿਆਹ ਹੋ ਜਾਂਦਾ ਨਾ, ਮੇਰਾ ਵੱਡਾ ਮੁੰਡਾ ਪੱਕੀ ਗਰੰਟੀ ਦਿੰਦਾ 10ਵੀਂ ਚ ਹੁੰਦਾ, ਤੇ ਉਹ ਤੋਂ ਵੱਡਾ 12ਵੀਂ ਚ ਹੁੰਦਾ। ਓਏ ਉਹ ਤੋਂ ਵੱਡੇ ਨੇ ਤਾਂ ਬੀਏ ਕਰ ਲੈਣੀ ਸੀ। ਓ ਯਾਰ, ਛੜਾ ਬੰਦਾ ਤਾਂ ਕੁਛ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ, ਤੁਹਾਡਾ ਪੀਐਮ ਛੜਾ, ਯੋਗੀ ਛੜਾ, ਟਾਟਾ ਛੜਾ, ਬਾਟਾ ਛੜਾ, ਰਾਹੁਲ, ਸਲਮਾਨ, ਰਾਮਦੇਵ, ਦਿਲਾਵਰ, ਇਹ ਸਭ ਛੜੀ ਤਾਂ ਹੈਗੇ ਨੇ। ਓਏ ਮੇਰੀ ਗੱਲ ਸੁਣੋ, ਓਏ ਓਏ ਕਿਹੜਾ ਕਹਿੰਦਾ, ਓਏ ਓਏ ਉਹਨੂੰ ਲੱਭੋ, ਓਏ ਉਸ ਕੰਜਰ ਕੁੱਤੇ ਨੂੰ ਜਿਹੜਾ ਕਹਿੰਦਾ ਸਫਲ ਬੰਦੇ ਪਿੱਛੇ ਔਰਤ ਦਾ ਹੱਥ ਹੁੰਦਾ।
ਉਹ ਚਾਚਾ ਵੀ ਤਾਂ ਛੜਾ, ਇਹ ਕਿਹੜਾ ਪ੍ਰਧਾਨ ਮੰਤਰੀ ਬਣ ਗਿਆ। ਜ਼ਿੰਦਗੀ ਇੱਕ ਜੰਗ ਹੈ, ਜਦ ਤੱਕ ਘਰ ਵਾਲੀ ਸੰਗ ਹੈ। ਹਾਏ ਮੈਨੂੰ ਜ਼ਬਰਦਸਤੀ ਕੋਈ ਪਿਆਰ ਕਿਉਂ ਨਹੀਂ ਕਰਦੀ? ਓਏ ਤੈਨੂੰ ਹੋਰ ਕਿੰਨੀਆਂ ਕੁ ਕਰਨ ਜ਼ਬਰਦਸਤੀ ਪਿਆਰ, ਦੋ ਤਾਂ ਪਹਿਲਾਂ ਆਈਆਂ ਬੈਠੀਆਂ ਨੇ ਤੈਨੂੰ ਪਿਆਰ ਕਰਨ ਵਾਲੀਆਂ। ਜ਼ਬਰਦਸਤੀ ਪਿਆਰ, ਰਾਖੀ ਵਾਸਤੇ ਯਾਰ ਪੀ ਕੇ ਇਹਨਾਂ ਦਾ ਕੁਛ ਨਹੀਂ ਬਣ ਸਕਦਾ। ਉਹ ਮੈਨੂੰ ਤਾਂ ਲੱਗਦਾ ਇਹ ਗ੍ਰਹਿ ਨਿਵਾਸੀਆਂ ਦਾ ਕੁਝ ਨਹੀਂ ਹੋ ਸਕਦਾ। ਲੈ ਪੁੱਤ ਪੀ ਕੇ ਤਾਂ ਚਾਹ ਪੀ, ਮੈਂ ਬਾਬੇ ਕੀ ਦੇਗ ਵੀ ਦੇਣੀ ਹੈ ਹਲੀ। ਪਹਿਲਾਂ ਲਈ ਕਿਉਂ ਸੀ? ਮੈਂ ਸੁਖ ਸੁਖੀ ਵੀ ਤੀ ਪੁੱਤ, ਭੀ ਮਾਰੇ ਪਰਿਵਾਰ ਕੀ ਸੁਖ ਸ਼ਾਂਤੀ ਬਣੀ ਰਹੇ। ਫਿਰ ਆ ਗਈ ਸੁਖ ਸ਼ਾਂਤੀ, ਇਹਨਾਂ ਬਾਬਿਆਂ ਦੇ ਜਾਣ ਕਰਕੇ ਨਹੀਂ ਆਉਂਦੀ, ਸਗੋਂ ਆਪਸੀ ਪਿਆਰ ਤੇ ਭਾਈਚਾਰਾ ਵਧਾਉਣ ਕਰਕੇ ਆਉਂਦੀ ਆ। ਮਾਰੇ ਵੱਡੇ ਵਡੇਰੇ ਸ਼ੁਰੂ ਤੇ ਮੰਨੇ ਤੇ ਬਾਬੇ ਹੈਦਰ ਸ਼ੇਖ ਨੂੰ, ਲਾਲਾਂ ਵਾਲੇ ਪੀਰ ਨੂੰ, ਚਿੜੀ ਵਾਲੇ ਬਾਬੇ ਨੂੰ। ਉਹ ਅਨਪੜ੍ਹ ਸੀ, ਉਦੋਂ ਟਾਈਮ ਹੋਰ ਸੀ, ਹੁਣ ਵਿਗਿਆਨ ਦਾ ਯੁੱਗ ਆ। ਮੈਂ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਿਆ, ਪਰ ਮੈਨੂੰ ਤਾਂ ਕਿਤੇ ਨਹੀਂ ਲਿਖਿਆ ਹੋਇਆ ਦਿਖਿਆ ਕਿ ਤੁਸੀਂ ਮੜੀਆਂ ਮਸਾਣੀਆਂ ਨੂੰ ਪੁੱਜੋ। ਗੁਰੂ ਦਾ ਸੱਚਾ ਸਿੱਖ ਉਹ ਆ ਜਿਸ ਦਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦਾ। ਲੈ ਵੀ ਪੀ ਕੇ ਤੂੰ ਤਾਂ ਅੱਜ ਮੇਰੀਆਂ ਅੱਖਾਂ ਖੋਲਤੀਆਂ, ਇਹ ਵੀ ਨਹੀਂ ਮੈਂ ਮੰਨਣੇ ਕਿ ਕਿਸੇ ਵੀ ਬਾਬੇ ਬੂਬੇ ਨੂੰ ਨਾ। ਪਿਆਰ ਨਫ਼ਰਤ ਨੂੰ ਖਤਮ ਕਰਦਾ, ਸੋ ਸਭ ਨਾਲ ਕਰੋ, ਜ਼ਿੰਦਗੀ ਚ ਕਦੇ ਦੁੱਖ ਨਹੀਂ ਆਉਣਗੇ। ਪੀ ਕੇ ਪਰ ਮੈਨੂੰ ਇਹ ਬਤਾ ਵੀ ਇਸ ਕੀ ਆਦਤ ਨੂੰ ਠੀਕ ਕਰ, ਯੋ ਸਾਰਾ ਦਿਨ ਬਗਾਨੀਆਂ ਤੀਵੀਆਂ ਕੇ ਸੁਪਨੇ ਲੈਂਦਾ ਰਹਾ। ਸੁਪਨੇ ਲੈਣ ਵਾਸਤੇ ਹੀ ਹੁੰਦੇ ਨੇ, ਇਹ ਉਹਦੀ ਆਦਤ ਆ, ਹੌਲੀ ਹੌਲੀ ਸੁਧਰ ਜੂਗਾ। ਲੈ ਇਹ ਤਾਂ ਨਿਆਣੇ ਬਰੋਬਰ ਕੇ ਹੋ ਗਏ, ਇਹ ਕਦ ਸੁਧਰ ਜੂਗਾ? ਉਸ ਨੂੰ ਬੰਦਾ ਬਣਾ ਦੇ ਬਸ, ਮੈਂ ਸਾਰੀ ਜ਼ਿੰਦਗੀ ਤੇਰਾ ਗੁਣ ਨਹੀਂ ਭੁੱਲਣ ਲੱਗੀ। ਬੰਦਾ ਤਾਂ ਉਹ ਹੈ ਹੀ, ਪਰ ਉਸ ਵਿੱਚ ਇੱਕ ਬਹੁਤ ਚੰਗਾ ਇਨਸਾਨ ਵੀ ਆ, ਦੂਜਿਆਂ ਲਈ ਮਰ ਮਿਟਦਾ। ਹਾਂ ਬਈ ਬਾਤ ਤਾਂ ਤੇਰੀ ਠੀਕ ਹੈ, ਮਾੜੇ ਬੰਦੇ ਮਾਂ ਵੀ ਕੋਈ ਨਾ ਕੋਈ ਗੁਣ ਤਾਂ ਚੰਗਾ ਹੋਆ ਹੈ। ਬਾਤਾਂ ਤਾਂ ਤੇਰੀਆਂ ਸਾਰੀਆਂ ਇੱਕ ਨੰਬਰ ਗੀਆਂ, ਦਿਮਾਗ ਮਾਂ ਆ ਗਈਆਂ ਮੇਰੇ ਮਾਂ। ਮੈਂ ਨਾ ਮੰਨਣੇ ਕੀ ਕਿਸੇ ਬਾਬੇ ਬੂਬੇ ਨੂੰ, ਨਾ। ਹਰ ਬਾਤ ਮਾਂ ਦਾ ਮੈਂ ਤੇਰੀ ਮਾਂ, ਸੱਚੀਆਂ ਜਮੀ ਸੱਚੀਆਂ। ਬੇਬੇ ਆਪਣਾ ਟੀਵੀ ਕਿਵੇਂ ਟੁੱਟ ਗਿਆ? ਚੰਗਾ ਭਲਾ ਤਾਂ ਚੱਲਦਾ ਸੀ। ਆਜ ਤੱਕ ਆਈ ਅੰਜਣਾ, ਝੂਠ ਬੋਲਦੀ ਮੇਰੇ ਪਿਓ ਦੇ ਰਨ ਮਾਰੀ ਥਾਪੀ, ਮੈਂ ਤਾਂ ਸਿਰ ਪਾੜਦਾ ਉਹਦਾ। ਚੱਲ ਵਧੀਆ, ਹੁਣ ਨਹੀਂ ਆਉਂਦੀ ਮੁੜ ਕੇ, ਤੇ ਇਹ ਸਾਰੇ ਸਰਕਾਰ ਦੇ ਚੈਨਲ ਨੇ ਤੇ ਸਾਰੇ ਵਕਾਊ ਨੇਗੇ। ਕੱਲ ਚਾਚੇ ਕਿਆਂ ਨੇ ਗੁੱਸੇ ਚ ਆ ਕੇ ਕੇਵਲ ਪਟਾਤੀ, ਕੱਲ ਨੂੰ ਮੈਂ ਵੀ ਸਾਰੇ ਚੈਨਲ ਬੰਦ ਕਰਾ ਦੇਣੇ ਨੇ। ਮੈਂ ਆਪਦੀ ਜ਼ਿੰਦਗੀ ਚ ਇੰਨੇ ਝੂਠੇ ਚੈਨਲ ਨਹੀਂ ਦੇਖੇ, ਸਹੀ ਚੀਜ਼ ਤਾਂ ਦਿਖਾਉਂਦੇ ਨਹੀਂ। ਬੇਬੇ ਅੱਤ ਖੁਦਾ ਦਾ ਵੈਰ ਹੁੰਦਾ, ਆ ਦੋਗਲੀ ਸ਼ਕਲਾਂ ਵਾਲਿਆਂ ਨੂੰ ਲੋਕਾਂ ਨੇ ਕਦੇ ਮੂੰਹ ਨਹੀਂ ਲਾਇਆ। ਅੱਗੇ ਰੇਡੀਓ ਚ ਕਿੰਨੀਆਂ ਸੋਹਣੀਆਂ ਖਬਰਾਂ ਹੁੰਦੀਆਂ, ਖੜ ਖੜ ਕੇ ਸੁਣਦੇ ਲੋਕ, ਹੁਣ ਬੌਂਗਾ ਜਾ ਬੋਲਦਾ ਟੈਲੀਵਿਜ਼ਨ ਉਹਦੇ ਬੰਦ ਕਰ ਦਿੰਦੀ ਆ, ਚੰਗਾ ਵੀ ਨਹੀਂ ਲੱਗਦਾ, ਉਹੀ ਮਗਜੌਲੀ ਜੀ ਮਰੀ ਜਾਂਦਾ। ਬੇਬੇ ਨੌਜਵਾਨ ਪੀੜੀ ਨੂੰ ਜਾਗਣਾ ਚਾਹੀਦਾ, ਸਭ ਦੀ ਸੋਚ ਪੀਕੇ ਵਰਗੀ ਹੋਣੀ ਚਾਹੀਦੀ ਹੈ। ਫੇਰ ਕੀ ਅੰਤ ਹੈ, ਪੀਕੇ ਤੋਂ ਵੱਧ ਸਿਆਣਾ ਕੌਣ ਹੈ, ਬਾਲਾ ਹੀ ਸੱਚ ਬੋਲਦਾ। ਚੱਲ ਠੀਕ ਆ ਬੇਬੇ, ਮੈਂ ਨੋਨੂ ਨੂੰ ਤਿਆਰ ਕਰਕੇ ਨਾ ਪੀਕੇ ਦਿਖਾ ਕੇ ਲੈ ਕੇ ਆਉਣੀ ਆ। ਚੰਗਾ ਲੈ ਜਾ, ਚੱਲ ਆ ਜਾ ਨੋਨੂ, ਚੱਲੀਏ। ਪੀਕੇ ਜਿਵੇਂ ਆਪਾਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਸੀ ਤੇਰੀ ਸਪੀਚ ਨਾਲ, ਆਪਾਂ ਇਸ ਵਾਰ ਵੀ ਇੱਕ ਸਪੀਚ ਤਿਆਰ ਕਰਦੇ ਹਾਂ ਤੇ ਮੈਂ ਤੇਰੀ ਵੀਡੀਓ ਵਾਇਰਲ ਕਰੂੰਗਾ। ਠੀਕ ਆ। ਮੈਂ ਇਸ ਧਰਤੀ ਦਾ ਨਹੀਂ, ਉੱਪਰੋਂ ਮੰਗਲ ਗ੍ਰਹਿ ਤੋਂ ਆਇਆ। ਇਸ ਧਰਤੀ ਵਾਂਗ ਲੱਖਾਂ ਗ੍ਰਹਿ ਨੇ ਜਿੱਥੇ ਮਨੁੱਖੀ ਜੀਵਨ ਆ। ਉਹਨਾਂ ਸਭ ਗ੍ਰਹਿਾਂ ਤੇ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ, ਕੋਈ ਰੱਬ ਨਹੀਂ, ਫਿਰ ਵੀ ਲੋਕ ਬਹੁਤ ਖੁਸ਼ ਨੇ। ਮੈਂ ਦੂਸਰੀ ਵਾਰ ਪ੍ਰਿਥਵੀ ਤੇ ਆਇਆ ਪਰ ਕੁਝ ਨਹੀਂ ਬਦਲਿਆ, ਉਹੀ ਸੋਚ, ਉਹੀ ਭ੍ਰਿਸ਼ਟ ਲੀਡਰ, ਉਹੀ ਬਿਕਾਊ ਮੀਡੀਆ। ਮੈਂ ਗੱਲ ਪਿੰਡ ਤੋਂ ਸ਼ੁਰੂ ਕਰਦਾ। ਇਸ ਪਿੰਡ ਵਿੱਚ 4-5 ਗੁਰਦੁਆਰੇ ਨੇ, ਮੰਦਿਰ ਮਸਜਿਦ ਨੇ, ਲਾਇਬ੍ਰੇਰੀ ਤੇ ਡਿਸਪੈਂਸਰੀ ਇੱਕ ਵੀ ਨਹੀਂ। ਗੁਰਦੁਆਰੇ ਜਿੱਦਬਾਜ਼ੀ 'ਚ ਬਣਾਏ ਹੋਏ ਨੇ, ਇਸੇ ਕਰਕੇ ਪਿੰਡਾਂ 'ਚ ਧੜੇਬਾਜ਼ੀ ਆ। ਪਰ ਇੱਥੇ ਜਵਾਨੀ ਚਿੱਟੇ ਨੇ ਖਾ ਲਈ, ਧਰਮ ਗਲਤ ਹੱਥਾਂ ਵਿੱਚ ਆ ਗਿਆ, ਅਦਾਲਤਾਂ ਇਨਸਾਫ਼ ਨਹੀਂ ਕਰਦੀਆਂ, ਬੇਗੁਨਾਹ ਫਾਂਸੀ ਚੜ੍ਹ ਰਹੇ ਨੇ, ਅਖ਼ਬਾਰਾਂ ਸੱਚ ਨਹੀਂ ਲਿਖਦੀਆਂ, ਧਰਤੀ ਹੇਠਲਾ ਪਾਣੀ ਖਤਮ ਹੋ ਗਿਆ, ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਗਿਆ, ਅੰਨਦਾਤੇ ਖੁਦਕੁਸ਼ੀਆਂ ਕਰ ਰਹੇ ਨੇ, ਪਵਿੱਤਰ ਗ੍ਰੰਥਾਂ ਦੀ ਰੂੜੀਆਂ ਤੇ ਬੇਅਦਬੀ ਹੋ ਰਹੀ ਹੈ, ਮੰਦਰਾਂ 'ਚ ਰੇਪ ਹੋ ਰਹੇ ਨੇ, ਮੀਡੀਆ ਵਿਕਾਊ ਹੋ ਗਿਆ, ਇਹ ਸਾਰਾ ਕੁਝ ਤੁਸੀਂ ਦੇਖ ਹੀ ਚੁੱਕੇ ਹੋ। ਅਮੀਰ ਲੋਕਾਂ ਤੇ ਸਿਆਸਤਦਾਨਾਂ ਨੇ ਆਪਣੇ ਪਰਿਵਾਰ ਵਿਦੇਸ਼ਾਂ ਵਿੱਚ ਸੈੱਟ ਕਰ ਲਏ ਤੇ ਆਪਣਾ ਭਵਿੱਖ ਸੁਰੱਖਿਅਤ ਕਰ ਲਿਆ।
ਤੁਸੀਂ ਦੇਖਣਾ ਥੋੜੇ ਸਾਲਾਂ ਵਿੱਚ ਬੁੱਤਾਂ ਪਿੱਛੇ ਗਾਵਾਂ ਪਿੱਛੇ ਜੁੱਤੀਓ ਜੁੱਤੀ ਹੋਣ ਵਾਲੇ ਲੋਕ ਹੀ ਰਹਿ ਜਾਣਗੇ। ਇਹ ਤੁਹਾਡੇ ਮੁਲਕ ਨੇ ਵੀ ਸੀਰੀਆ ਬਣ ਜਾਣਾ। ਪੂਰੀ ਦੁਨੀਆਂ 'ਚ ਤਾਂ ਕੀ ਸਾਰੇ ਬ੍ਰਹਿਮੰਡ 'ਚ ਤੁਹਾਡੇ ਮੁਲਕ ਦੀਆਂ ਗੱਲਾਂ ਹੋ ਰਹੀਆਂ ਨੇ? ਕੀ ਤੁਹਾਡੇ ਨੇਤਾ ਚੋਣ ਤੋਂ ਪਹਿਲਾਂ ਲੋਲੀਪੋਪ ਦਿੰਦੇ ਨੇ? ਸਾਡੇ ਸਕੂਲਾਂ ਵਿੱਚ ਇਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਦਾ ਨਾਂ ਹੈ ਮੀਡੀਆ। ਇਸ ਧਰਤੀ ਤੇ ਗਾਂ ਦਾ ਮੂਤ ਪੀਣ ਵਾਲੀ ਪ੍ਰਜਾਤੀ ਪਾਈ ਜਾਂਦੀ ਹੈ। ਇੱਥੇ ਬਲਾਤਕਾਰ ਧਾਰਮਿਕ ਥਾਵਾਂ ਤੇ ਕੀਤੇ ਜਾਂਦੇ ਨੇ ਤੇ ਭਗਤੀ ਵਿਆਹਾਂ 'ਚ ਕੀਤੀ ਜਾਂਦੀ ਹੈ। ਇੱਥੋਂ ਦੀ ਸਰਕਾਰ ਜੱਗ ਕਰਕੇ ਦੇਸ਼ ਦੀ ਰਾਖੀ ਕਰਦੀ ਹੈ। ਇੱਥੇ ਸ਼ਨੀ ਗ੍ਰਹਿ ਨੂੰ ਰੈਲਾ ਕਰਨ ਲਈ ਚੌਂਕਾਂ 'ਚ ਮਿਸਤਰੀ ਤੇਲ ਮੰਗਦੇ ਨੇ। ਇੱਥੇ ਜਨਾਨੀ ਦੇ ਇੱਕ ਦਿਨ ਭੁੱਖੇ ਰਹਿਣ ਨਾਲ ਬੰਦੇ ਦੀ ਉਮਰ ਲੰਬੀ ਹੋ ਜਾਂਦੀ ਆ। ਇੱਥੇ ਗਾਂ ਨੂੰ ਲੋਕ ਮਾਤਾ ਕਹਿੰਦੇ ਨੇ ਪਰ ਗਾਂ ਦੇ ਪਤੀ ਨੂੰ ਪਿਤਾ ਨਹੀਂ ਮੰਨਦੇ। ਇੱਥੋਂ ਦੇ ਲੋਕ ਪਾਣੀ ਪਾ ਕੇ ਸੂਰਜ ਨੂੰ ਠੰਡਾ ਕਰ ਦਿੰਦੇ ਨੇ। ਇੱਥੋਂ ਦੇ ਲੀਡਰ ਰੋਟੀ ਦੀ ਜਗ੍ਹਾ ਰੇਤਾ ਬਜਰੀ ਤੇ ਪੁਲ ਖਾਂਦੇ ਨੇ। ਧਰਤੀ ਤੇ ਮਰੀ ਹੋਈ ਜ਼ਮੀਰ ਵਾਲੇ ਲੋਕ ਇੱਕ ਬੋਤਲ ਲੈ ਕੇ ਲੀਡਰਾਂ ਤੋਂ 5 ਸਾਲ ਜੁੱਤੀਆਂ ਖਾਂਦੇ ਨੇ। ਤੁਸੀਂ ਉਹ ਲੋਕ ਹੋ ਜੋ ਆਪਣੇ ਗੁਲਾਮ ਹੋਣ ਤੋਂ ਅਣਜਾਣ ਹੋ। ਇੱਥੋਂ ਦੀ ਸਰਕਾਰ ਜਦੋਂ ਉਹਨੂੰ ਆਪਣਾ ਆਪ ਹਾਰਦਾ ਨਜ਼ਰ ਆਉਂਦਾ ਤਾਂ ਉਹ ਹਮੇਸ਼ਾ ਭਗਵਾਨ ਨੂੰ ਅੱਗੇ ਕਰ ਦਿੰਦੀ ਆ। ਅਗਰ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚੰਗਾ ਸੋਚਣਾ ਤਾਂ ਪਹਿਲੀ ਗੱਲ, ਤੁਸੀਂ ਕਿਸੇ ਤੋਂ ਪੈਸੇ ਜਾਂ ਨਸ਼ੇ ਲੈ ਕੇ ਵੋਟ ਨਹੀਂ ਪਾਉਣੀ। ਦੂਸਰੀ ਗੱਲ, ਤੁਸੀਂ ਇਸ ਬਕਾਊ ਮੀਡੀਆ ਦਾ ਬਾਈਕਾਟ ਕਰੋ। ਜਦੋਂ ਕੋਈ ਨੇਤਾ ਤੁਹਾਡੇ ਪਿੰਡ ਆਵੇ ਉਸ ਨੂੰ ਕੀਤੇ ਵਾਅਦੇ ਯਾਦ ਕਰਾਓ। ਪੁੱਛੋ ਕਿ ਵਿਕਾਸ ਕਿੱਥੇ ਆ। ਤੁਸੀਂ ਇਸ ਦੇਸ਼ ਦੇ ਮੰਗ ਤੇ ਨਹੀਂ, ਮਾਲਕੋ ਮਾਲਕ, ਤੁਹਾਨੂੰ ਜਿਉਣ ਦਾ ਪੂਰਾ ਹੱਕ ਹੈ। ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ ਪੂਰੀਆਂ ਕਰੋ। ਸਰਕਾਰ ਮੁਰਦਾਬਾਦ, ਮੁਰਦਾਬਾਦ। ਵੋਟਾਂ ਵੇਲੇ ਤੁਹਾਨੂੰ ਅਸੀਂ ਯਾਦ ਆ ਜਾਂਦੇ ਆ। 5 ਸਾਲ ਕਿੱਥੇ ਰਹਿੰਦੇ ਹੋ ਤੁਸੀਂ? ਲੀਡਰ ਸਾਹਿਬ, ਤੁਹਾਡੇ ਕੋਲੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ। ਯਾਰ ਪੀਕੇ, ਤੂੰ ਬੰਦਾ ਬੜਾ ਘੈਂਟ ਹੈ। ਤੇਰੀਆਂ ਗੱਲਾਂ ਨੇ ਤਾਂ ਸਾਡਾ ਸਾਰਾ ਅੰਧ ਵਿਸ਼ਵਾਸੀ ਪਿੰਡ ਵੀ ਬਦਲ ਕੇ ਰੱਖਤਾ। ਓਏ ਹੁਣ ਤਾਂ ਲੀਡਰਾਂ ਦੇ ਐਂ ਲਪੇੜੇ ਪੈ ਰਹੇ ਨੇ ਜਿਵੇਂ ਗਰੀਬ ਦੇ ਘਰੇ ਨਿਉਂਦਾ ਪੈਂਦਾ ਹੁੰਦਾ ਹੈ। ਭੋਲੇ, ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਜਿੰਦਾ ਛੋਟਾ, ਜਿੰਦੇ ਤੋਂ ਛੋਟੀ ਚਾਬੀ, ਪਰ ਇੱਕ ਛੋਟੀ ਜਿਹੀ ਚਾਬੀ ਸਾਰਾ ਘਰ ਖੋਲ ਕੇ ਰੱਖ ਦਿੰਦੀ ਆ। ਇਹ ਛੋਟੇ ਛੋਟੇ ਵਿਚਾਰ ਵੱਡੇ ਵੱਡੇ ਬਦਲਾਅ ਲਿਆ ਸਕਦੇ ਨੇ। ਭੋਲੇ, ਉਦੋਂ ਸਹੀ ਹੋਣਾ ਬਹੁਤ ਖਤਰਨਾਕ ਹੁੰਦਾ ਜਦੋਂ ਸਰਕਾਰਾਂ ਗਲਤ ਹੋਣ। ਨਹੀਂ ਨਹੀਂ ਪੀਕੇ ਬਾਈ, ਇਹਦਾ ਤੈਨੂੰ ਭੁਲੇਖ ਹੀ ਹੈ। ਕੌਣ ਕਹਿੰਦਾ ਸਾਡੀਆਂ ਸਰਕਾਰਾਂ ਗਲਤ ਨੇ? ਸੱਚ ਸਵਰਗ ਵਾਂਗ ਹੁੰਦਾ ਤੇ ਝੂਠ ਨਰਕ ਵਾਂਗ। ਇਹ ਹੁਣ ਤੁਸੀਂ ਖੁਦ ਹੀ ਦੇਖ ਲਓ ਕਿ ਤੁਸੀਂ ਸਵਰਗ 'ਚ ਰਹਿੰਦੇ ਹੋ ਜਾਂ ਨਰਕ 'ਚ। ਪੀਕੇ, ਤੇਰੀਆਂ ਗੱਲਾਂ ਤਾਂ ਸਾਰੀਆਂ ਠੀਕ ਨੇ, ਪਰ ਸਾਡੇ ਦੇਸ਼ ਦੇ ਬਕਾਊ ਮੀਡੀਏ ਨੇ ਇੰਨਾ ਗੰਦ ਪਾਤਾ, ਇੰਨਾ ਗੰਦ ਪਾਤਾ। ਤੂੰ ਦੇਖ ਲੈ, ਹਰ ਰੋਜ਼ ਹਰ ਟੀਵੀ ਚੈਨਲ ਤੇ ਹਰ ਅੱਧੇ ਘੰਟੇ ਬਾਅਦ ਹਰ ਆਸ਼ੀ ਫਲ ਬਾਰੇ ਦੱਸ ਰਿਹਾ। ਓਏ, ਜੇ ਕਿਤੇ ਬਕਾਊ ਮੀਡੀਆ ਆਪਣੀ ਜ਼ਿੰਮੇਵਾਰੀ ਸਮਝੇ ਨਾ ਤੇ ਦਿਨ ਦੇ ਵਿੱਚ ਘੱਟੋ ਘੱਟ 1 ਘੰਟਾ ਹੀ ਆਪਣੇ ਸੰਵਿਧਾਨ ਬਾਰੇ ਦੱਸੇ ਤਾਂ ਮੇਰੀ ਗਰੰਟੀ ਹੈ ਇਹ ਚੋਰ ਲੀਡਰ ਪੈਦਾ ਹੀ ਨਾ ਹੋਣ। ਜੇ ਤੁਸੀਂ ਵੋਟਰ ਹੋ ਕੇ ਵੀ ਲੀਡਰਾਂ ਨੂੰ ਸਵਾਲ ਨਹੀਂ ਨਾ ਕਰ ਸਕਦੇ ਤਾਂ ਤੁਸੀਂ ਮਾਨਸਿਕ ਰੂਪ ਤੋਂ ਗੁਲਾਮ ਹੋ, ਗੁਲਾਮ। ਬਿਲਕੁਲ ਸਹੀ ਗੱਲ ਹੈ ਤੇਰੀ ਪੀਕੇ, ਪਿੰਡ ਵਾਸੀਓ। ਓਏ ਪੀਕੇ ਦੀਆਂ ਗੱਲਾਂ ਬਿਲਕੁਲ ਸਹੀ ਨੇ। ਹੁਣ ਆਪਾਂ ਭ੍ਰਿਸ਼ਟ ਲੀਡਰਾਂ ਨੂੰ ਸਵਾਲ ਜ਼ਰੂਰ ਪੁੱਛਾਂਗੇ। ਕਿਉਂ ਪੁੱਛਾਂਗੇ ਨਾ? ਅੱਛਾ, ਤੋ ਜੇ ਬੋਹੀ ਪੀਕੇ ਹੈ ਜਿਸਨੇ ਲੋਗੋਂ ਕੋ ਬਾਬਾ ਕੇ ਖਿਲਾਫ ਭੜਕਾਇਆ ਥਾ ਔਰ ਬਾਬਾ ਕੋ ਜੇਲ ਜਾਣਾ ਪੜਾ ਥਾ, ਤਬ ਤੋ ਜੇ ਬਚ ਗਿਆ, ਲੇਕਿਨ ਅਬ ਨਹੀਂ ਬਚੇਗਾ। ਖਤਮ ਕਰ ਦੋ ਸਾਲੇ ਕੋ। ਹਮ ਲੋਕ ਜਬ ਗਾਓਂ ਮੇ ਜਾਤੇ ਹੈ ਨਾ ਵੋਟ ਮੰਗਨੇ, ਤੋ ਗਾਓਂ ਵਾਲੇ ਹਮਾਰਾ ਸਵਾਗਤ ਕਾਲੀ ਝੰਡਿਓ ਸੇ ਕਰਤੇ ਹੈ ਔਰ ਹਮਾਰੇ ਪੱਥਰ ਮਾਰਤੇ ਹੈਂ ਔਰ ਯੇ ਸਭ ਕੁਛ ਹੋ ਰਹਾ ਹੈ ਸਪੀਕੇ ਪੰਜਾਬੀ ਕੀ ਵਜ੍ਹਾ ਸੇ। ਜਿਤਨਾ ਜਲਦੀ ਹੋ ਸਕੇ ਇਸਕੋ ਖਤਮ ਕਰ ਦੋ। ਓਕੇ ਸਰ, ਓਕੇ, ਆਪ ਚਿੰਤਾ ਮਤ ਕੀਜੀਏ। ਅਰੇ ਚੌਧਰੀ ਘੰਟ ਸਿੰਘ ਤੋ ਹਵਾਓਂ ਕਾ ਰੁਖ ਬਦਲ ਦੇਤਾ ਹੈ,
तो ये पीके तो चीज ही क्या है। आप बेफिक्र हो जाइए सर, आपको आज ही मिलेगा और जिंदा मिलेगा। मुझे चौधरी घैंट सिंह यूं ही नहीं कहते। अरे ये नहीं हो सकता। क्या कहा? उन्होंने हमारे चैनल बंद करवा दिए। अरे तुम्हें पता है हमने करोड़ों रुपए लगा के चैनल खरीदे हैं, और ये बेवकूफ लोगों को अकल आ कैसे गई? ये साला पीके पंजाबी है कौन? हेलो, हेडक्वार्टर संगरूर, मैं चौधरी घैंट सिंह बोल रहा हूं। जय हिंद जय हिंद। मुझे आज ही खबर मिली है कि संगरूर के साथ एक गांव है ईलवाल, वहां एक बूढ़ा रहता है जिसका नाम है कहला बूढ़ा। उसने एक पी के नाम के आदमी को, देशद्रोही को पनाह दे रखी है। वो मुझे आज ही चाहिए और जिंदा चाहिए। थैंक यू थैंक यू। मुझे यूं ही नहीं चौधरी घैंट सिंह कहते। पीके, तेरियां बातां का मारी फैमिली पर ता क्या पूरी दुनिया में असर होया बापुत, पूरे देश में तेरी समूरी होई पई है। शूर कहंदी है। हाँ हाँ, यही कहन लगी थी मैं। पीके, आपानू जल्दी तो जल्दी जाना पैना, पुलिस अपने पीछे लगी हुई है, तेरी वीडियो वायरल होगी। पर मेरा दोष की है? तेरा दोष पुत गूंगिया के शहर में जबाना बेचने का दोष है तेरा। वैसे एक गल तो है पीके, तेरिया गल्ला ना लोगों नू गोली मंगू लगियां ने, इहदा मतलब तू बिल्कुल सही निशाना लाउना है। भगतां नू सच हमेशा कौड़ा लगदा, भगत होण जिदे मर्जी। हाँ तो छेती जा पुत, यो दोहे तेरी हिफाजत करूंगे। नाले एक गल सुन ले, मारे उरे मेहमान रब का रूप होए, गोली पीके की छाती मानी तेरी छाती में लगनी चाहिदी है छोकरे। उसी फिकर ना करो, जेड़े पुत की गल हजारा माया की दुआवां हूं मैं ना, उस पुत का कोई कुछ नहीं बिगाड़ सका। शुरुआत करन लई महान होना जरूरी नहीं, महान होण लई एक शुरुआत करनी जरूरी है। शुरुआत मैं कर दित्ती आ, जारी तुसी रखणी आ। धुप चाहे जिन्नी मर्जी तेज होए पर समुंदर नहीं सका सका। वाह वाह भाभी माता वाह। पीके पीके, मैं तेरिया गल्लां तो बहुत प्रभावित हां, तेरिया गल्लां ने मेरे रोंगटे खड़े करते। जांदा तेरे नाल मैं भी, पर यार मैनू ना पूरी दा मैसेज आया होया, कल नू उहदा बेचारी दा आइलैंड्स दा पेपर है, मैं उहनू पर्ची आई। जिउंदा रह पुत, लंबियां उम्र आला हूं मैं, शाबाश मेरा पुत। चलो चलो जल्दी आओ, छेती जाओ। चलो चलो फड़ो सारे नू, निकलना जान किते, कैले बुड़े दे घर नू चारे पासे घेर लो।
पीछे ओए। हाँ भी बुढ़े हो मिले नहीं, उधर जाके देखो, चलो चलो छेती छेती। आओ बैठिए थे, आजो बैजो दम ले लो थे। ओ जनाब पी के ता मिले नहीं, हुण की करिए? ओ करना की है, लभना ता पैना ही है। जनाब तुसी उन्हां ते गोली क्यों नहीं मारदे? ओए उपर हुक्म है। ਕਿਹਦਾ ਹੁਕਮ ਹੈ? ਮੰਤਰੀ ਸਾਹਿਬ ਦਾ ਹੁਕਮ ਹੈ। ਚਲੋ ਖੜੇ ਹੋ, ਪੀ ਕੇ ਚਾਹੀਦਾ ਉਹ ਵੀ ਜਿਉਂਦਾ। ਚਲੋ ਚਲੋ ਚਲੋ। ਆਓ ਜਾ ਰਹੇ ਨੇ। ਉਹ ਕਿੱਧਰ ਗਾਇਬ ਹੋ ਗਏ? ਚਲੋ ਕੀ ਕਰੋਗੇ? ਥੋਤੋਂ ਹਾਲੇ ਤੱਕ ਪੀ ਕੇ ਨਹੀਂ ਫੜਿਆ ਗਿਆ। ਚਲੋ ਭੱਜੋ ਇੱਥੋਂ। ਉਹ ਪੀ ਕੇ, ਉਹ ਭਰਾਵਾ, ਉਹ ਐਂ ਕਰ, ਉਹ ਮੰਗਾ ਲਾ ਆਪਦਾ ਗੋਲਕਤਾ ਰਾਜਾ, ਭਜਾ ਭਜਾ ਕੇ ਮਾਰ ਦੇਣਾ ਪੁਲਿਸ ਵਾਲਿਆਂ ਨੇ। ਉਹ ਕੀ ਹੁੰਦਾ ਉਹ? ਪਾਪੇ ਸਪੇਸਸ਼ਿਪ। ਹਾਂ ਯਾਰ, ਕਿਹੜੀ ਤੇਰੀ ਸ਼ਿਪ ਸ਼ਿਪ ਮੰਗਾ ਲਾ ਯਾਰ। ਆਓ ਗਏ, ਉਤਰੋ ਉਤਰੋ ਉਤਰੋ, ਥੱਲੇ ਉਤਰੋ। ਆਏ ਮਰ ਗਿਆ। ਪੁੱਛ ਕੇ ਪੁੱਛ ਕੇ ਨਹੀਂ ਮਿੱਤਰਾ, ਮੇਰੀ ਗੱਲ ਸੁਣ, ਹੁਣ ਇੰਨਾ ਟਾਈਮ ਨਹੀਂ ਹੈਗਾ, ਮੇਰੀਆਂ ਤਾਂਦਰਾਂ ਇਕੱਠੀਆਂ ਹੋ ਗਈਆਂ, ਤੂੰ ਆਪਦਾ ਗੋਲਕਤਾ ਰਾਜਾ ਮੰਗਵਾ ਲੈ, ਆਜੋ ਛੇਤੀ ਆਜੋ। ਉਹ ਮਰ ਗਏ ਓਏ, ਉਹ ਮਰ ਗਏ, ਮੇਰੀ ਤਾਂ ਲੱਤਾਂ ਦੀ ਜਾਨ ਜਮੀ ਗਈ। ਉਹ ਬੁਲਾ ਲਾ ਆਪਦਾ ਜਹਾਜ਼ ਯਾਰ, ਹੁਣ ਤਾਂ ਜਮੀ ਬੇਬਸ ਹੋ ਗਏ।
छीमा गेर पाला पीके दोबारा मिलांगे मैनू लगता पुलिस आ गई सच्चा पाशा फड़ो इन्हां नू किथे पीके आ जांदा जी फड़ लो जनाब सानू किडनैप करके लेके जा रहा सी मेरा तो गोलकतारे विच सांग उड़ जाना सी तुसी सानू बचा लिया तुसी धन्नो जी सोनू इनाम मिलना चाहिदा जी छड़ दियो मुंडियो छड़ दियो पीके तो दो बंदे बचा ले थैंक यू जी ये है इंस्पेक्टर हरिंदर सिंह जिसने अपनी जान पर खेलकर पीके के चुंगल से इन दो मासूम इंसानों को छुड़वाया पूरी दुनिया में हरिंदर सिंह के चर्चे हैं हिंदुस्तान को ऐसे ही बहादुर पुलिस अफसरों की जरूरत है तभी ये गुंडाराज खत्म होगा पीके पंजाबी इन दो इंसानों को अगवा करके अपने ग्रह पे ऊपर लेके जाना चाहते थे पीके एक बहुत ही दृंदा किस्म का इंसान है और देश में दंगे करवाना चाहता था वो इंस्पेक्टर हरिंदर सिंह की पकड़ में आ तो गया था लेकिन डरपोक भाग गया सरकार हरिंदर सिंह को SSP नियुक्त करती है सिंदरे पीले पानी वार के हाय नी आगी बहु कर तेरे सिंदरे पीले पानी वार के आगी बहु कर तेरे सिंदरे पीले पानी वार के ए मेरा घर है रजिया पाजो पाजो बिगना पाजो 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 जी मैं भी बोली पौनी है बोली पौनी होता है हाय रजिया पा बोली बारी बरसी खटन गया सी बारी बरसी खटन गया सी खटके ले आंदा पीपा हाय हाय पीपा और वे माही मेरा निक्का जे है हाय आईना कोई नी मैं खिच के बरोबर कीता माही मेरा निक्का जे है नी मैं खिच के फड़ला 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 पहले भी छड़ी दा हमदा लफड़ा आए कर इनु इथे आए फड़ पोच के आ गया मैं 1 मिनट च एक मिनट इत्थे ता सारे कार विहार आप ही करने पैंदे ने पानी वार बनने दी ए माए बन्ना बन्नी बार एक मिनट पानी वार बनने दी ए माए ए साले गलत ए गलत रिश्ते नहीं हो रहे चल कोई ना पानी छग ता छग नहीं हुंदे ने पानी वार बनने दी ए माए बन्ना बन्नी बार खड़ चल आ जा ਇੱਥੇ ਤਾਂ ਸਾਰੇ ਕਾਰ ਵਿਹਾਰ ਆਪ ਹੀ ਕਰਨੇ ਪੈਂਦੇ ਨੇ ਆ ਜਾ ਹਜ ਤਾਂ ਬਾੜੀਆਂ ਰਸਮਾਂ ਰਹਿੰਦੀਆਂ ਨੇ ਸਾਰੀਆਂ ਮੈਂ ਆਪੇ ਕਰੂੰਗਾ ਨੀ ਸਿੰਦਰੇ ਪੀ ਲੈ ਪਾਣੀ ਵਾਰ ਕੇ ਹਾਏ ਨੀ ਆ ਗਈ ਬਹੂ ਕਰ ਤੇਰੇ ਸਿੰਦਰੇ ਪੀ ਲੈ ਪਾਣੀ ਵਾਰ ਹਾਏ ਹਾਏ ਜਦੋਂ ਹੱਸਦੀਆਂ ਮੂੰਹ ਚੋਂ ਫੁੱਲ ਕਿਰਦੇ ਨੇ ਇੱਥੇ ਰੁਕ ਜਾ ਜੱਟਾ ਤੂੰ ਵਿਆਹ ਕਰਾ ਕੇ ਚੰਗਾ ਨਹੀਂ ਕੀਤਾ ਓਏ ਵਿਆਹ ਕਰਾ ਕੇ ਵੀ ਕਦੇ ਕਿਸੇ ਦਾ ਚੰਗਾ ਹੋਇਆ ਮਾਈ ਤੇਰੇ ਨਾਲ ਮੈਂ ਵਿਆਹ ਕਰਵਾਇਆ ਓਏ ਮੈਨੂੰ ਕੀ ਅਰਜਨ ਅਵਾਰਡ ਮਿਲ ਗਿਆ ਫੇਰ ਦੁਬਾਰਾ ਕਿਉਂ ਕਰਵਾਇਆ ਮਰ ਜਾਣਿਆ ਕਿਉਂਕਿ ਤੇਰੀ ਪੁਰਾਣੀ 1971 ਦੀ ਸ਼ਕਲ ਦੇਖ ਦੇਖ ਕੇ ਮੈਂ ਅੱਕ ਚੁੱਕਾ ਸੀ ਇਸੇ ਕਰਕੇ ਮੈਂ ਨੀਲੀਆਂ ਅੱਖਾਂ ਵਾਲਾ ਲੈਂਜ ਪਵਾਇਆ ਕੁਛ ਸ਼ਰਮ ਕਰ ਜਵਾਕ ਤੇਰੇ ਬਰਾਬਰ ਦੇ ਹੋ ਗਏ ਨੇ ਐਦੇ ਜਵਾਕ ਵੀ ਬਰਾਬਰ ਦੇ ਹੋਣਗੇ ਮੁਟਿਆਰੇ ਤੂੰ ਦੇਖਦੀ ਜਾਈ
पूरे 4 सालां दे विच जे तेरे जवाकां तो वड्डे ना कीते ना ता मैनू भी रूप मोहम्मद खान सिंह संधू ना आखी ते मेरी बेगम नू रजिया। मैं तेरे ब्याह नू अग ला दूंगी जट्टा। पहला अपने अंदर जेड़ी अक मच रही है ना पंपड़ बल रहे ने एनू बुझा ले जेलदारनिए ते जाके अंदर ओ गाना सुन। मेरी गल कान खोल के सुन ला जट्टा, एनू जित्थों लेके आया उत्थी वापस ला जा। नहीं, उस घर दे विचों एदी डोली उठी सी, इस घर दे विचों एदा जनाजा जाऊगा जनाजा। तू बिल्कुल सही के है जट्टा, इस घर दे विचों जनाजा ही निकलूगा। पर तेरे तो बाद मैं ता कहनी है ओ बचोला मर जाए जिने तेरा ब्याह करवाया है। मैं ता 4 भी करवा सकता क्योंकि मैं मुसलमान बन गया रूप मोहम्मद खान सिंह संधू। हाय मैं मर जावा तू ए सौकण दे पिछे अपना धर्म बदल लिया ए। मैं इस दे पिछे तैनू छड़ सकदा, अपने बच्चा नू छड़ सकदा, पूरे परिवार नू छड़ सकदा, पर रजिया नू नहीं छड़ सकदा। अच्छा हाँ, हुण मैं देख दी है भई इस घर दे विच कौन रहंदा ए, रूप मोहम्मद खान सिंह संधू जा तेरी बेगम। हाय हाय हाय, अंबरा दा चन अस्तीफा दे गया नी मुख देख के मजाजने तेरा। तू ता महारानी है इस घर दी महारानी, हर खासे दी तू मालकन, संदूक दी बेबियाले दी तू मालकन। गल सुन ले, तू कदे डरी ना, ओनू दासी बना के रखी, नौकरानी आहो तेरी नौकरानी, हुक्म चलाया करी हुक्म। मैंता जी तुसी चाहिए दियो, मैं भला कुत्ती जनानी तो की लेना। हाय मेरी बेग में ठंड पाती धर्म नाल कालज च, डरी ना पुरान रोब रखी। ओ एही जी भौंकण वाली जनानी है, कर कुछ नहीं सकदी। मैं सब कुछ कर सकती हूं। तू देखी तो जाई कि मैं सारे टब्बर दा चक्कर झुंडा कमानी हूं मैं। हाय 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 हाय, नी खुश कीता नी मेरी ताली बनने। इस तो पहला कि सहवा सानू मारे, मैं सहवा दे तीरे तोड़ दनी है। मेरी गल सुन ले, तालिबान मांगू घर नू जंग दा मैदान बना के रखी, ओ एडी क छुरली छड्डूगी, इधरों ग्रेनेड छड्डी, बम सिट्टी, बारूद नाल तबाह कर दी ओनू। हाय 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 हाय, वेरिया मकणिया। कसम मैं गंगा मैया की, इस युद्ध को खत्म करने के लिए दूध ही काफी है। चौदमी का चांद है जा आफताब है। रजिया मैं तेनू इन्ना प्यार करदा ना, हुण ता मौत भी आ जाए मैनू कोई परवाह नहीं। अड़ी वे अड़ी ना कर बोती तू अड़ी, दूध पी ले वाल मां वे मैं कदों दी खड़ी। आलो जी दूध पियो। किते आज नाग पंचमी ता नहीं हैगी? ना जी, आज ता सुहाग रात पंचमी है। हाय हाय, रजिया बेगम मैं तेनू कहा सी ना सिंदर दिल दी नी माड़ी। है बस मुंह दी बड़ बोली है सिंदरे, धर्म नाल ना पूरी दुनिया दे इतिहास विच तेरा नाम ना पहले नंबर ते आऊगा कुर्बानी विच। औरत हरेक कुर्बानी दे सकती है पर अपने पति दा बंटवारा नहीं सह सकती। देखिया तुसी दोवें भैणा ना आपस दे विच मिलजुल के रहा करो, है हुक्म चलाया करी, इन्हें तेरा हुक्म मन लेना। होर जी मैं ता इनू महाराणी बना के रखूंगी ते आप नौकरानी, मैं ता इहदे पैर धो के पीऊंगी। हाय हाय हाय, क्या महान है तू सिंदरे, धर्म नाल मेरा दिल जित लिया,
आज पता लग गया तू असली जैल तरह दे खानदान चो है। सिंदरे मैं तेरी इत्थे बड्डी करके फोटो लाऊंगा ते उत्ते हार पाऊंगा। हार ता पता नहीं पहला किदी फोटो ते पैने ने है। मैं ता ये कह रही हां जी भी तुसी आ वाले हार ला दो मैले हो जाएंगे थोड़े तीजे व्याह च कम आणगे ना। मजाक कर दी है बहुत मजाक कर दी है एडी मजाकण है ता सिरे दी मजाकण है। हाय 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 धर्म नाल आ लो दुध पी लो किते होर कवीलदारी दे चक्करां च दुध ना भुल जायो। आ दुध तुसी पी लियो एच काजू बदाम पाए हुए ने ते आ दुध मेरी छोटी भैन नु दे दियो है ना पी लियो। ना ना पीवांगे मैं देखता लवां जांदी वार अपनी छोटी भैन नु चंगी तरह। हुण लै नजारे। ओ रजिया हुण तू रज रज के खा रज रज के पी ते रज रज के जी। लै फड़ दुध पी लै। ना जी मैं नहीं पीना। लै कमाल दी गल है वो पीता सही सगन हुंदा है। मैं कदे पीता नहीं जे तुसी कहने तो पी लेनी आ। लै मिठा कर दे। आय हाय 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 लै रजियो पहला तेरे वाला पीऊंगा इदे च ज्यादा मिठा पाया पिया। आ हुण मैं अब दे वाला पीऊंगा। हाय सिंदरे जल्दी रह। जी की हो गया? की हो गया जी? जी दसो तो सही की हो गया? ऐसा क्यों कर दियो? जी की हो गया? हाँ जी हो गया। चंदर पैने चंदर पैने हाय हाय की हो गया हाय की हो गया। चंदर पैने चंदर पैन जी चंदर पैन जी की हो गया। बेड़ा बैजे तेरा पुठे दिमाग आलिए पुठे पैर आलिए पैड़ी खोपड़ी आलिए सारा नजारा खराब करता मेरे सुपने ते हमला करके। मैं की तरह सुपने दे विच बम सुट्टा अपने पेक्यां ते सिट उन्हां दा खानदान तबाह कर उन्हां दा बेड़ा मुद्दा मार पर की फायदा उन्हां दा खानदान पहली तबाह है। तुसी की रीस करोगे साडी जेलदारां दी नंग बंदे। ओ रब कानू करावे रीस हैं तड़की आजूगी हैं मुंह चो पांपड़ छड्डन लग जांदे पता नहीं की चाह दे नाल बरूद खांदी है हैं हैं की नाया कर मेरे कोले सन 1971 वर्गा मुंह लेके हाय नी मेरे ढोले दा बेड़ा मुद्दा मारता तैं। मैं लौनिया तेरे ढोले नु अग 24 घंटे बगानिया तीवें दे सपने देखदा रहूं शर्म नहीं आउंदी। और हुण तेरे देखां हां तेरा स्यापा करदा नहीं तेरा स्यापा स्यापा सब तो बुरा स्यापा दा तेरा है तेरा स्यापा दा मैं लड़दी आ मैं पिटदी आ तैनूं। हाय 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 ओए बस कर बस कर बस कर बाकी छुट्टी आके लिया नहीं तेरी बैटरी लो हो जूगी। लोकां नु मौत आउंदी है हाय रब्बा इनू मौत भी नहीं आउंदी रुड़ जाना पता नहीं कित्थों रीचार्ज होके आउंदा है। तेरे खानदान नु आऊ पहला जेलदार मरनगे उसके बाद हम। खबरदार जे मेरे पेक्या तक पहुंच कीती है समझ गया फाड़ के दो कर दूं। उन्ना तक पहुंच कर ही नहीं कोई सकदा क्योंकि ना उथे रक्षा जांदा है ना उथे कोई साइकिल जांदा है ना उथे कोई सड़क ता है नहीं। आए लगदा जे मैं सड़े नरका च रहंदे हुंदे ने। आ नरक ता तू मेरी जिंदगी बना के रखती जिद्दन दी तेरे घरे आई है। जा मर जा मेरा सेपा खत्म कर मर जा परे मेनू नजारे लेण दे। अज नहीं बचदी अज नहीं मैं बचदी अज ता मैं 99% मतलब 99% पूरा भरूंगी पूरा। रब दे वास्ते मर जा मेनू सिखाला कर दे नाले सरकार ने हुण ता मरन दे किन्ने साधन देते नी धरने ते मर जा नी किसे लीडर दे घर दे अगे जाके आत्मदाह कर दे किन्ने मरन दे साधन ने। अच्छा आ मरना मेरा कैंसर मैं नहीं मरदी तू मर जा सरकार ने होर बथेरे साधन दे रखे ने तू शराब पी के मर जा सानू 5 लाख ता मिलू मेरे जवाका नु नौकरी मिलू साडा वधिया गुजारा चलू तू मर तू मर तू मर तू मर तू मर तू मर फैमिली चार सौ तेती हुणे आउणे हासे छेती असीं बड़े दिलां दे।
ओए देखो देखो लाडी मेनू मैसेज आ गया कुड़ी दा आ देख मैं तो इहदे नाल गल करता आ चक ओए कंजर दे पुत्तो सारा दिन इत्थे मोबाइल च ठुंगा मारी जन्ने हो उत्थे बलद भुखे मरदे ने उहनां नू कुछ पा दो जाके इहनां ने दुध देणा है बापू बलद केड़ा दुध दिंदे ने नाले मेरी एक जरूरी गल चल रही है स्नैपचैट ते तू वेट कर ला हद हो गई ओए समझ नहीं लगदी सारा दिन इत्थे मोबाइल च ठुंगा मारी जन्ने हो बापू तू इंस्टाग्राम भी चलाना क्यों चला नहीं सकता मैं कंजर तो कंबाइन भी चला लेना बापू मैं कढ़ना सिंगल ट्रैक मेनू पैसे दे दो पढ़ लो या फिर कोई खेती खूती कर लो सारा दिन फोन ते लगे रहने पता नहीं दादी नाल गल्लां करदे हो बंदे ने जाना हुंदा कोई काम भी हुंदा इहो जिहा की काम पै गया बापू तेनु ओए बंदे नू 100 काम हुंदे ने तैनू भी दसा मैनू पता सी तोरू मिलन चलिया बापू मैं ही फेक आईडी बनाई हुई सी ओ मेरे नाल ही चैट करदा रहा तू तां ओए पता है मैनू मैं जान के करदा सी ओ सुआ पता बापू तेनू उदो तां सीतो च बलवीर नू देखदा सी तू मैनू माय कराउणा ओ सिंदरे रोटी लिया दो भाई रोटियां वेले तो डाक चौंकियां ते निकल जांदे ने हुण मैं कल्ली किधर किधर मरां मैनू होर भी बथेरे 100 काम ने जे कुछ होर नहीं हुंदा तो घट्टो घट रोटी तो टाइम दे खा लिया करो ओ सारी उम्र काम में करे भाई हुण तू रोटी वेले नक बुल कढ़न लगी मेरा तो जाय बड्डी दा जस लेना ही माड़ा है इत्थे खांदे पींदे छड़ा मारदे ने ठंडी रोटी मत्थे मारती लिया के तत्ती करके लिया दे कुड़े सारा दिन घरे नहीं बढ़ना फिर तत्ती लिया दे ठंडी लिया दे नखरे करदा है रोटी वेले घर नहीं बढ़ते मुड़ के कदे तत्ती दे कदे ठंडी दे कदे कुछ कर कदे कुछ कर खाली मैं इन्हां ने अलादरी चज दी इन्हें तपा लिया इक्का बुढ़ा लोट नहीं आता सारे टब्बर ने तपा रखे भालदा तत्तियां इत्थे जिवें चूड़े वाली बैठी हुंदी है ओ कुड़े हुण मैं इस उमरे कित्थों लियावां चूड़े वाली आ किहदा आ गया फोन हां बंतो आ गई तू हाँ तू बाहरली घरे पहुंच आ गया मैं 2 मिनट च आ गया ले हुण रोटी भी नहीं खा के गया पता नहीं किधर नूं तुर पिया चल जद भुख लगू आपे खा लू देख लो करनैल सी चढ़ा तो ना टिब्बियां दे पानी आ तेरे ते मुंडे नूं रिश्ता नहीं थी हुंदा करवाता रिश्ता ले पूरी जगर की बहू लिया करती है जगर की ओनू किवें रिश्ता हो गया 4 खंड ता जमीन देने ओदे कोले रिश्ता ता साला मेरे वर्गे ने नहीं हुंदा जिहदे कोले 40 किले पैली है ले मुंडे मां ता बचालण की ने कहना वे मां ता चढ़ाता टिब्बियां ते पानी बे लोकी कहंदे ने बे जोड़ियां उत्तों बन के आउंदियां ना 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 जोड़ियां ते बंत बनाउंदियां बंत जे कहे तैनू करादा रिश्ता ना ना ऐस उमरे किथे होना हुण ता बुढ़े हो गए बे मर्द ते घोड़ा कद बुढ़े होए सुखना चंगी खुराक खाना चंगा पैहा ना ना ऐस उमरे नहीं ना बे तू हुक्म ता कर 2.5 लाख रुपया लगना 10,000 मेरा कमीशन ढोलन अगलिया ने फोंटा तला दे समानी टाकिया काजू वर्गी ने लिया करूं काजू वर्गी चीन तो बे आहो हुण ता इत्थे रहंदे ते सुखना काफी टाइम हो गया चीनी च पंजाबी बोल दिया अच्छा अन्न लेला गोगड़ी नी हां ओदा मुंडा हैप्पी हां वे ओदे नाल काम करदी थी ओदे नाल प्यार प्यूर दा चक्कर थी ओदा ते चक सर रही ओदे नाल फिर तलाक हो गया आ 30 साल उम्र बेचारी दी है सारा भाल दिया नाल सुख नाल तेरे तो वड्डा सारा कौन है इत्थे देख ला फिर हुण लोग की कहणगे ਪਰ ਲੋਕਾਂ ਨੇ ਕੀ ਆ ਲੋਕ ਤਾਂ ਭੁਕਾਈ ਮਾਰਦੇ ਆ ਨਾ ਜਦੋਂ ਬਿਹਾਰ ਤੋਂ ਲਿਆਇਆ ਤੀ ਨਾ ਉਦੋਂ ਨਹੀਂ ਤੀ ਲੋਕ ਬੋਲੇ ਨਾ ਉਦੋਂ ਕੀ ਫਿਰ ਲੋਕਾਂ ਨੇ ਫਰਮਾਂ ਪੱਟ ਲਿਆ ਉਹ ਤਾਂ ਗੱਲ ਤੇਰੀ ਠੀਕ ਹੈ ਬੰਦ ਕਰੇ ਪਰ ਸਾਲਾ ਮਨ ਜਾ ਨਹੀਂ ਮੰਨਦਾ ਵਾ ਦੇਖ ਇਸ ਉਮਰ ਜੀਵਨ ਸਾਥੀ ਦੀ ਲੋੜ ਹੁੰਦੀ ਆ ਹੈ ਨਰਮ ਹੱਥਾਂ ਦੀ ਨਰਮ ਨਰਮ ਪੱਕੀਆਂ ਖਾਏਗਾ ਕੱਟ ਬਗਾਨਿਆਂ ਦੇ ਹੱਥਾਂ ਵੱਲ ਝਾਕੇਗਾ
जो कन्ना च पैणगी ना झांझा दी आवाजा तेरी उम्र ता होर घट जू होर जमा जुआ जुआ लगेगा। ठीक है बंद करे चक दे फिर बार च रूड़ी देख ला फिर तो मुक्कर ना जाई। मैं कहा जमा नहीं मैं एक तोड़ी दी शाम पाऊं फिर देखी ता सही हुन देखी किवें आउंदा नजारा वो देख मैं तो आप जोर से कराते ते कुंजवा तेरा मैनू बंत बचालन की ने कर फैमिली चार सौ तेती फैमिली चार सौ तेती सिंदरे नी मैं सदके जामा मेरा टीचक मामा है मेरी नानी दी आखरी निशानी नी मेरे नान के आंदा टिमटमाउंदा चिराग आजा मामा ओ कादा आजा तू ता पट्टी गई लुट्टी गई तू हाय मैं पट्टी गई वे लोको मैं लुट्टी गई होर ओए इना दे जेलदारा नु हाय मेरा जेलदारा ना खानदान रो लैन दे जे नहीं मरिया ता मरजू मम्मी क्यों फिर फ्री दे बैंड पाई जानी आ पर होया की है मामा ओए होना की सी ओए अपने लाडी दे सोहरे ने रिश्ता तोड़ता विधवा हो जूगी पर हिस्सा ये तो मैं सोची नहीं पर आए दस तेनू कि पता लग गया सारी दुनिया नू पता लग गया थोनू सारे टब्बर नू हजे तक नहीं पता लग गया देख लो लत पावा मेरी विंगी आ पर गल मैं जमा सिद्धी कर दा जलेबी अंगू मेरी कृपान लिया अज जा मैं नी जा बुढ़े दी गंदी लादनी बुढ़िया हाँ वे की चलूने लड़ते थोड़े लिया मेरा मतलब बापू तेरी वजह करके अपने लाडी का रिश्ता टूट गया कल मेरा भी टूट सकता है डैडी मेरा हाँ एदा पासे कर ओए रब दे रंग किन्ने न्यारे ने किसी दे संजोग टूट रहे ने ते किसी दे संजोग जुड़ रहे ने बापू मैं तेरे संजोगा नू अग ला दू फिकर ना करो इत्थे निक्के निक्के कूर पैदा होणगे निक्के निक्के चाचे ओए होए मैनू लगदा प्यार मेरा आऊगा थोनू सारे टब्बर नू आके खाऊगा मैं मारूं मैं हाय मेरा खून खोल उठया ओए सिंदरे पानी पुल दे उत्तों दी लंघ गया हुण मैनू कुछ करना पौगा लत भावे प्राउणा मेरी विंगी आ पर गल मैं जमा सिद्धी करदा जलेबी अंगू उरे कन्न कर मैं तुहानू दर्द दसदा सा आपां हैं उरे आओ पता की करना मेरा ना है करके है करके बत्ती के सारे की करिए ना जाओ मेरे बेलड़ो
अज मैनू थोड़े बापू दा बढ़िया होया सिर चाहिदा ओए जरूर मिलूगा जाओ चलो आई 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 हाँ इतनी फिरदा होना हाँ देख के डांग मारी डांग सिर च दे मैं टूना करदा हाँ इधर दी हो जाओ तुसी आजो मेरे पीछे आजो चौंधा नहीं छड़ना बुरा आज प्रौने कुत्ता पै गया सी हाँ हाँ चल इधर देख इधर मैं टूना कर रहा हूँ एक मिनट मैं देख रहा हूँ चलो 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 फैमिली चार सौ तेती मिचियां खाली नूं जिथों लेके आया उधर ही वापस कर दे साडे घर दे विच चाइना दीआं चीज़ां रखण दा रवाज नहीं ओए सारी दुनिया जेड़े मुल्क ने परेशान कर रखिया तू ओनू घरे ले आया इन्हां दे करके लखां लोक मर गए ने जा बापू इस बीमारी नूं ओत्थे छड्डिया बापू सारी दुनिया ने चाइना दा बाइकाट कर रख्या उत्थों दा कोई माल नहीं लैंदा ते तू आ माल लिया के साडे खानदान दे मत्थे मरता ओ कंजर दा पुत्त है माल नहीं थोड़ी दादी सड़ियो श्रीमती सूजी कौर संधु चलो तेरी सूजी दी ऐसी दी तैसी है पहला तू करे भैया रानी ले आके बाड़ती इन्निया फैमिलियां विच सुधरिया रहा हुण फेर आके ओही करतूत करती हुण जे नु अंदर ले आके बाड़िया ना तै तां मैं इहदे टोटे 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 कर दियांगा मैं भी जेलदारां दी धी है ओए कुड़मा किते ए ना होवे मैं रिश्तेदारी भुल जावां बापू बहुत बर्दाश्त कर लिया फिर हुण की कर लेंगे बहुत बेइज्जती होगी पूरे इलाके च तां साडी नख कटा दित्ती मैं तेरा भी गला दबा दूंगा भाभी की लगी ओए दादी दादी भाभी चाची हाय नी चाची चाची मेरी गल सुन चाची डर गई की गल हो गई चाची पिंड च तां बड़ा ही वड्डा रौला पै गया नी की हो गया नी खेले बुड़े ने दूजा व्याह करवा लिया बू नी ओ ते तां कंजर दे पोते व्याह नाले सी होर लाडी दा व्याह धरिया थी जवाब देता बुड्ढा घोड़ा लाल लगामा नी इनू किने रिश्ता कराता नी बंतो बारां ताली जनानी आ हरामबण नू पैसे तो इलावा होर चाहिदा ही की आ कोई उम्र आ ब्याह कराउण दी ए उम्र तां रब दा नाम लैण दी है उही सठियाया पिया बुड़ा चाची पूरे लाने ने तां शर्म घोल के पी रखी है नी पहला रूप ने थोड़ी बदनामी कराई सी नी हुण तू देखी इन्हां दे घरे तां नित ड्रामे होणगे आयो मेरा चन्न मखणा ओए मलाई दिया डूनिया ओए दुध तो भी चिट्टी बंतो भावे आप काली है पर मेरी किस्मत चिट्टी जमा चंद वर्गी हाय मेरा जी करदा मैं तेनू खा जा मेरे गोल गप्पे आ मेरी सूजी हाय 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 मैं तेनू दसा
एक मिनट, कोई आया है? अभी आता हूँ। ओके। आया केड़ा, हुन केड़ा आ गया। हाँ बापू, चार्जर किथे है? ओ प्या पहले नहीं सिल जाया जंदा, कंजर दे के मैं स्वाद खराब करना आगे। उधर की देखदा ले फड़, जानना बड़ा आया बहु वाला। आ गया बस, दो मिनट। अद्धी रात नु आखे मैंने चार्जर दे दे, फिर आगे एक मिनट हुनी आता हूं। ओए हुन केड़ा आ गया, साले रामगढ़ करन देंदे है। उधरों चक मार, बग जा हुण साले, दादी दे जाए साले, टिकन नहीं देंदे। ये लात बहुत गंदी है, तेरे को नहीं पता इन्हां दे बारे? साले बने ने फाइलां दे, फाइलां। होए हुण केड़ा आ गया यार, हां केड़ा मर गया हुण? हां हुण की हो गया? बापू इत्थे मेरी ना जुत्ती पई सी, ओ तू तड़के लै जी जुत्ती नु, हुण तू दस। लगे पैरी फिर तां कमाल दी गल है, तू पानी दी बारी चलने? नहीं मैनू जुत्ती चाहिदी, ओ ओ ओ मम्मी दे सैंडलां दे नाल पई। चंगा तू इत्थे खड़, मैं लियाउणा। कंजर दे पुत्ता नु अज ही सारा कुछ याद आ रिहा है, साले बने ने जुत्ती लैण वाले होर। आ चक चल चल, ओए बग जा हुण, भाई काली है तैनू। कंजर दे, ओए हुण की हो गया? जुते ना खा लियो, हुण ना आयो कोई। कंजर दे, फिर आ गया। बापू जी इथे मां चाह पानी है, चाह पानी? ओए चाह पत्ती मेरी माता, रसोई चार रसोई च इथे नहीं हैगी। ओहो मैं तो कहनी है ना, कई बार कुत्ता विला ले आंदा। चाह तड़के करनी है कि हुणे करनी हैगी? ओ करनी तो तड़का ही है ना। ओ तू जा भाई, जा जा जा, चंगा चंगा मथा टेकदा। होर कोई रहंदा? मर लो जिने मरना हुण, कंजर दे ना हुण। ओए हुण तू क्यों सिर फड़ के बह गई? आ गया मैं। यार साडा तो टब्बर बहुत भैड़ा, मेरे सारे गोली मार दू जे हुण आयो कोई। मैं लाइट बंद करके आउना। आए हाए अज खुशियां मनाइया जान गिया। हां बुग्गे, बुग्गे करदा चंगा, बुग्गे लव यू। ओके मैं नहीं करता। ओ तू छड़ यार, किवें लगी फिर? अच्छा यार वैसे चाइना दे माल दी गारंटी नहीं हुंदी, तू फिकर ना कर। कोरोना भी तां साला चाइना दा सी, इह कित्थे चला गया? यार वैसे भोला चाचा वधिया रह गया, कनेडा चला गया, हुण अपने व्याह दी पूरी आस आ। और यार मैं भी उन्हीं आ गया, उत्थे रहना सवाल लैंदा। यार तू क्यों मुड़ के आया, तू तो उधर ही ब्याह करा लंदा। की करा, मां नहीं मन्नी अपनी, कहंदी आ जा कुड़ी देखी है तेरे वास्ते। एक बारी लॉकडाउन खुले आन दे रुद्दू, जे कदे बुढ़े ते शक्ल भी देख गया ता नहीं। यार ब्याह दी उम्र अपनी आ, दादा सुहाग रात मनाई जांदा। ओए पै जा ओए, मेरा तां दिमाग खराब कीता पिया। ओ यार भैण देने दी नींद किथे आउंदी आ, मैं तां गल करदा यार। हां बुग्गे ठीक हो तुसी? फैमिली 433, फैमिली 433, हुणे आउणे हासे छेती, असी बड़े दिलां दे पेती। सुजी डार्लिंग, हाय हाय योगा मास्टर मी। आ डड्डूआं दा हो गया सूप तैयार, थोड़ा जिहा गाढ़ा रखा के पतली रखा। हाय देखता सही,
ਕਿਵੇਂ ਟੇਡੇ ਮੇਡੇ ਐਸ਼ਕਨ ਕਰਦੀ ਹੈ। ਆ ਲੈ ਫੜ ਓਏ ਸੁੰਗ ਸੁੰਗ ਹੈ। ਓ ਬਾਪੂ ਸ਼ਰਮ ਮੰਨ ਓਏ, ਜਮਾ ਜਮਾ ਸ਼ਰਮ ਘੋਲ ਕੇ ਖਰ ਕੇ ਮੈਨੂੰ ਤਾਂ ਉਲਟੀ ਆਉਂਦੀ ਹੈ। ਆਏ ਡੱਡੂਆਂ ਦਾ ਸੂਪ ਦੇਖ ਮੇਰੇ ਸਾਲੇ ਨੂੰ, ਹੁਣ ਡੱਡੂਆਂ ਦੇ ਸੂਪ ਚੋਂ ਮੁਸਕਾਉਣ ਲੱਗ ਗਿਆ। ਕੱਲ ਨੂੰ ਤੁਹਾਨੂੰ ਪਿਓ ਚੋਂ ਮੁਸਕਾਉਣ ਲੱਗ ਜੂ। ਆ ਮੁੰਡਿਓ ਤੁਸੀਂ ਇੱਥੇ ਖੜੇ ਕੀ ਦੇਖੀ ਜਾਂਦੇ ਹੋ, ਚਲੋ ਅੰਦਰ। ਉਹ ਖੁੜ ਜਾ ਮੰਮੀ। ਕੁੜਮਾ ਹਾ ਪੀ ਕੇ ਭਾਵਾਂ ਬੰਦਾ ਪਤਲਾ ਹੋ ਜਾਂਦਾ। ਯਾ ਕੌਲੀ ਪੀ ਲੈ, ਯਾ ਕੌਲੀ ਚੱਕ ਕੇ ਚੱਲ। ਤੈਨੂੰ ਕੀ ਹੋ ਗਿਆ, ਆਪਦਾ ਸਾਰਾ ਸਮਾਨ ਚੱਕ ਕੇ ਜਾ ਮੋਟਰ ਤੇ ਲੈ ਜਾ, ਸਾਡੇ ਘਰੇ ਇਹ ਸਭ ਕੁਝ ਨਹੀਂ ਬਣੂਗਾ। ਤੁਸੀਂ ਘਰ ਦੇ ਸਾਲੇ ਲੱਗਦੇ ਹੋ। ਬਾਪੂ ਮੈਂ ਤੈਨੂੰ ਕਹਿੰਦਾ ਇਹ ਬਾਦਰੀ ਇੱਥੇ ਨਹੀਂ ਰਹੂਗੀ, ਇੱਥੇ ਅਸੀਂ ਰਹਾਂਗੇ। ਛਿੰਦਰੇ ਜਲਦੀ ਆ ਜਾ, ਅੱਜ ਨਹੀਂ ਛੱਡਣਾ ਬਾਪੂ ਨੂੰ। ਛਿੰਦਰੇ ਜਲਦੀ ਆ ਜਾ, ਇੱਕ ਮਿੰਟ ਬਾਪੂ ਖੜ ਜਾ। ਛਿੰਦਰੇ ਆ ਜਾ ਛੇਤੀ, ਆ ਖੜ ਜਾ ਖੜ ਜਾ, ਆ ਗਈ ਆ ਗਈ, ਖੜ ਜਾ। ਓਏ ਕੰਜਰ ਦੇ ਪੁੱਤ ਚੱਲ ਚੱਲ ਚੱਲ, ਨਿਕਲ ਨਿਕਲ ਬਾਹਰ, ਚੱਲ ਨਿਕਲ ਨਿਕਲ ਬਾਹਰ, ਚੱਲ ਚੱਲ ਬਾਹਰ ਬਾਪੂ। ਫੈਮਿਲੀ 433 ਫੈਮਿਲੀ 433 ਸੋ ਸਵੀਟ। ਉਹ ਤੂੰ ਜੱਟ ਨਾਲ ਵਿਆਹ ਕਰਾਇਆ, ਕਿਸੇ ਮਲੰਗ ਨਾਲ ਨਹੀਂ ਕਰਾਇਆ। ਆ ਦੇਖ ਬਣ ਗਏ ਨਾ ਡੱਡੂ। ਸੋ ਯਮੀ, ਆਈ ਬਣਾਉਣਾ ਮੈਂ। ਮੇਰੇ ਬਣਾਏ ਹੋਏ ਤਾਂ ਚਿਕਨ ਮੀਟ ਪਤਾ ਨੀ ਕੀ ਕੁਛ, ਤੂੰ ਕਿਹੜਾ ਖਾ ਕੇ ਤਾਂ ਦੇਖੀ ਹਲੇ। ਕੱਲ ਨੂੰ ਸੱਪ ਬਣਾਵਾਂਗੇ, ਕਰਕੇ ਆਇਆ ਜਿਵੇਂ ਜੋਗੀ ਨਾਲ ਗੱਲ ਹੈ। ਆ ਦੇਖ ਸਵਾਦ ਹੈ, ਸ਼ਾਬਾਸ਼। ਮੈਂ ਤਾਂ ਕੱਲ ਨੂੰ ਇਹਨਾਂ ਦਾ ਵੀ ਮੀਟ ਬਣਾ ਲੂੰ, ਇਹਨਾਂ ਦਾ ਵੀ ਮੀਟ ਬਣਾ ਲੂੰ ਮੈਂ ਤਾਂ ਕੱਲ ਨੂੰ। ਇੱਕ ਸਮਝਦੇ ਕੀ ਨੇ ਆਪਦੇ ਆਪ ਨੂੰ। ਓਕੇ ਯੂ ਆਰ ਸੋ ਸਵੀਟ ਬੇਬੀ। 15 ਮਿੰਟ ਹੋਰ ਲਾ ਦੇ, ਆਹ ਜਿਹੜੀ ਕਰਦੀਆਂ ਟਪੂਸੀਆਂ ਜਿਹੀਆਂ ਮਾਰਦੀਆਂ, ਉਦੋਂ ਬਾਅਦ ਤੈਨੂੰ ਵਧੀਆ ਬਣਾ ਕੇ ਖਵਾਉਂਦਾ। ਚਮਗਿੱਦੜ ਦਾ ਸੂਪ ਵੀ ਪੀਂਦੀ ਆ। ਨਿੰਬੂ ਨੀ, ਮੈਨੂੰ ਤਾਂ ਸੂਕ ਆਉਂਦੀ। ਫਿਰ ਇਹ ਬਿਮਾਰੀ ਚੀਨੀਆਂ ਨੇ ਫੈਲਾਈ ਆ, ਤਾਂ ਹੀ ਤਾਂ ਸਾਰਾ ਸੰਸਾਰ ਦੁੱਖ ਭੋਗ ਰਿਹਾ। ਆਪਾਂ ਨੂੰ ਨਾ ਲੈ ਤੇ ਸੂਗ ਆਉਂਦੀ ਹੈ, ਨੀ ਜਿੰਨਾ ਦੇ ਘਰੇ ਰਹਿੰਦੀ ਹੋਊ, ਨੀ ਉਹਨਾਂ ਦਾ ਵਿਚਾਰਾਂ ਦਾ ਕੀ ਹਾਲ ਹੁੰਦਾ। ਚਲੋ ਚੱਲੀਏ, ਨੀ ਉਹਨਾਂ ਲੁੰਡਰਾਂ ਦਾ ਕੀ ਹੈ। ਸਾਰਾ ਫ੍ਰਿਜ ਡੱਡੂਆਂ ਤੇ ਚਮਕਦੜਾਂ ਨਾਲ ਭਰਿਆ ਪਿਆ। ਮਾਰਤੇ ਉਹ ਅਸੀਂ ਖਾਨਦਾਨੀ ਮਾਮੇ, ਹੁਣ ਆ ਕੁਛ ਖਾਵਾਂਗੇ। ਆ ਗਿਆ, ਮੈਨੂੰ ਗੁੱਸਾ ਆ ਗਿਆ। ਓ ਨਾ 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 ਨਾ, ਓ ਮਾਮਾ ਓ ਬਲੱਡ ਨਾ ਵਧਾਈ, ਤੇਰਾ ਤਾਂ ਗੁੱਸਾ ਪਹਿਲਾਂ ਹੀ ਖਤਰਨਾਕ ਹੈ। ਉਹਦੇ ਸੂਪ ਦੇ ਵਿੱਚ ਨਾ ਨੀਲਾ ਥੁੱਥਾ ਮਿਲਾ ਦੇ, ਉਹਦੇ ਸੂਪ ਦੇ ਵਿੱਚ ਨਾ ਫੈਵੀਕੋਲ ਮਿਲਾ ਦੇ, ਭਾਂਗਰ ਲਾ ਦੇ, ਤੇਜ਼ਾਬ ਪਾ ਦੇ। ਨਾ 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 ਮਾਮਾ, ਇਹਦੇ ਵਿੱਚ ਤਾਂ ਆਪਾਂ ਸਾਰੇ ਫਸ ਜਾਵਾਂਗੇ। ਉਹ ਨਹੀਂ, ਆਪਾਂ ਕਹਿ ਦਾਂਗੇ ਕੋਈ ਗਲਤ ਜਾਨਵਰ ਖਾ ਗਈ ਤਾਂ ਮਰ ਗਈ। ਨਹੀਂ ਮਾਮਾ, ਇਹ ਤੋਂ ਪਹਿਲਾਂ ਪਾਣੀ ਸਿਰਾਂ ਤੈਨੂੰ ਲੰਘੇ, ਤੂੰ ਕੋਈ ਹੋਰ ਸਕੀਮ ਦੱਸ। ਆ ਗਈ ਸਿੰਦਰੇ, ਸਕੀਮ ਆ ਗਈ। ਕੀ ਸਕੀਮ ਹੈ? ਕੰਨ ਕਰ। ਮਾਮਾ ਇਹ ਤਾਂ ਬਾਹਲੀ ਗੰਦੀ ਸਕੀਮ ਹੈ, ਇਹ ਨੀ ਮੈਂ ਨੀ।
तेरे मामे को स्कीमा दा घाटा मटारे कन कन कर देंगे। हाँ, ठीक है। अलात पामे मेरी विंगिया, पर कल मैं जमा सिद्धियों करता जलेबी वर्गी। आए हाय बहुत स्वाद बना के ले आया, बड़ी मेहनत नाल चम गिद्दड़ां दा सूप। ओ वाओ, हाँ देख तेरे वास्ते मैं चम गिद्दड़ां दा सूप बना के ले आया। तुसी ये कित्थे लेके आए? साढ़े पिंड दे विच ना एक खंडर है, वो खंडर दे विच चमगिद्दड़ी चमगिद्दड़ ने। ये तो कुछ भी नहीं, जे तू आखे मैं तेरे वास्ते चिड़ियां दा दुद्ध भी ले आवां। हाय डार्लिंग, यू आर सो स्वीट। आए मैं तो तेनू बहुत प्यार करदा। तू आए दस कल की बनावां? कोबरे दा सूप। यू नो कल तेनू मैं कोबरे दा सूप बनाना दसूंगी। कोबरे दा सूप ना उहदे विच जहर नहीं हुंदा, उह तां सिर च हुंदा। अच्छा, ओ सिरी तुसी कढ दिंदे हो? ओए होए, मैं तेरे वास्ते कोबरे दा मीट YouTube ते बनाउणा सिख लूंगा। तुसी मैनूं किन्ना लव करदे हो? प्यार तां मैं तैनूं बहुत करदा, जिंदगी दे विच पहली वार तैनूं प्यार कीता। बस हुण तू कोई काम नहीं करना, बस सारा दिन राम नाल मंजे दे उत्ते पैर रख के बैठी रहना। अमेजिंग, पैरां नूं मैल नहीं लगण देनी। हां, तेरी तां मैं मंजे ते बैठी दी सेवा करूं महारानियां वांगू। आता सूप तो कुछ भी नहीं, मैं तो सूप बहुत स्वाद बनाया करूं। आले कर टेस्ट। सो यम्मी। ओए मैं भी पी के देखता। ओए मैं कालू पीऊंगा, कालू पीऊंगा। ले तू पी ले। इट्स डिलीशियस। बाहर निकल, तू सानू बर्बाद करके रखता। ना की गल बे, ਕਿਵੇਂ ਚੜਕਾ ਤੜਕਾ ਸੰਗ ਪਾੜਿਆ ਇੱਥੇ? ਮੇਰੀ ਗੱਲ ਸੁਣ, ਉਹ ਚਿੰਨ ਨੂੰ ਜਿੱਥੋਂ ਲੈ ਕੇ ਆਈਆਂ ਉੱਥੇ ਛੱਡ ਗਿਆ। ਲੈ ਵਿਕਿਆ ਮਾਲ ਕਰੇ ਵਾਪਸ ਨਹੀਂ ਹੁੰਦਾ, ਨਾਲੇ ਚਾਈਨਾ ਦੇ ਮਾਲ ਦੀ ਕੋਈ ਗਾਰੰਟੀ ਨਹੀਂ। ਵਿਆਹ ਕੀਤਾ ਵਿਆਹ, ਉਹ ਤੂੰ ਆਪਦੇ 50,000 ਦੀ ਖਾਤਰ ਸਾਡੀ ਇੱਜ਼ਤ ਮਿੱਟੀ 'ਚ ਰੋਲ ਕੇ ਰੱਖਦੀ। ਮੇਰਾ ਤਾਂ ਬਿਜ਼ਨਸ ਹੀ ਆ। ਮੈਨੂੰ ਪਤਾ ਤੇਰੇ ਬਿਜ਼ਨਸ ਦਾ, ਕਿਹੜਾ ਬਿਜ਼ਨਸ ਕਰਦੀਆਂ ਤੂੰ? ਤੀਵੀਆਂ ਸਪਲਾਈ ਕਰਦੀਆਂ, ਤੀਵੀਆਂ ਵੇਚਦੀਆਂ ਤੂੰ। ਫਿਰ ਕੀ ਕਹਿੰਦਾ ਵੇ ਬਿੱਲਿਆ? ਲਿਆ ਕੁਦਾਸ ਜਰੀ, ਅਗਰ ਤੂੰ ਤਨ ਕੌਣ ਨੂੰ ਜਾਣਦਾ ਹੈ? ਕਿਹੜੀ ਤੇ ਮਿੰਦਾ ਤੂੰ ਸਿੱਤਰ ਨਹੀਂ ਖਾਦੇ? ਜਾਣਦੇ ਆ ਤੈਨੂੰ ਵੱਡੀ ਸਤੀ ਸੁਵਿਤਰੀ ਨੂੰ, ਗੋਲੂ ਵਿਗਾੜ ਤੂੰ ਲੁੱਟ ਕੇ ਖਾ ਗਈ। ਮਾਰ ਕੋ ਅੰਦਰ ਦੱਬ ਤੂੰ ਭੈਣ ਦੇ ਖਾਸ ਮਾਰੂ ਕਰ ਦੇ ਕੀ ਹੈ ਤੈਨੂੰ ਤੇ ਚੀਨ ਨੂੰ ਨਾ ਚੀਨ ਦਾ ਬਾਰਡਰ ਟਪਾ ਕੇ ਆਵਾਂਗੇ। ਜੇ ਇੰਨੀ ਅਣਖਾ ਰਹੇ ਹੋ ਨਾ ਤਾਂ ਆਪਦੇ ਬੁੜਦਾ ਜਾ ਕੇ ਗੋਟਾ ਲਾਹੋ ਗੋਟਾ। ਨਾ ਮੇਰੀ ਗੱਲ ਸੁਣਨੀ, ਉਹ ਬਿਮਾਰੀ ਤਾਂ ਸਾਡੀ ਪੱਲੇ ਪਾਉਣੀ ਸੀ, ਜਿਉਂਦੇ ਜਾਨਵਰਾਂ ਨੂੰ ਖਾ ਜਾਂਦੇ ਜਿਹੜੀ। ਤੂੰ ਦੇ ਦੇ 50,000 ਤੈਨੂੰ ਕਰਾ ਦਿੰਦੀ ਹਾਂ ਟੋਪ ਦਾ ਰਿਸ਼ਤਾ। 50,000 ਚ ਤੇ ਹੋਰ 50 ਚ ਆ ਜਾਂਦੀ ਹੈ ਬਿਲਕੁਲ। ਆ ਤਾਂ ਗੱਲ ਹੀ ਬਣ ਗਈ ਫੇਰ। ਓਏ ਆਪਾਂ ਇੱਥੇ ਲੜਨ ਆਇਆ? ਖੂਨ ਪੀ ਜਾਗਾ ਤੇਰਾ, ਖੂਨ ਪੀ ਜਾਗੇ ਅਸੀਂ ਤੇਰਾ। ਹੈ ਪੱਟੀ ਆਈ ਆ ਇਹ, ਅੱਜ ਤਾਂ ਗਾਟਾ ਲਾ ਕੇ ਜਾਵਾਂਗੇ। ਓ ਪੰਜ ਆਜੋ ਆਜੋ, ਕੋਈ ਫਾਇਦਾ ਨਹੀਂ, ਮੈਂ ਲਾੜਾ ਸਾਹਿਬ ਉਹ ਔਰਤਾਂ ਦੀ ਥਾਂ ਤੇ ਬਿਲਕੁਲ ਸਹੀ ਆ। ਆਜੋ ਚਲੋ ਚਲੋ ਮੋੜੋ ਮੋੜੋ ਚਲੋ ਚਲੋ ਚਲੋ, ਇਹ ਜਨਾਨੀ ਦੇ ਮੂੰਹ ਨਹੀਂ ਲੱਗੀ ਨਾ ਹੁੰਦਾ। ਚਲੋ 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 ਆਜੋ ਆਜੋ, ਤੂੰ ਸਹੀ ਆ, ਮੈਂ ਲਾ ਲਿਆ ਸਾ ਉਤਰਾ। ਆ ਦੇਖੋ ਵੀ ਮੈਂ ਕਹਿੰਦਾ ਵੀ ਬੰਤੋ ਦਾ ਦੇ ਵਿੱਚ ਕੋਈ ਕਸੂਰ ਨਹੀਂ, ਉਹਦੀ ਵਿਚਾਰੀ ਦੀ ਦੁਕਾਨਦਾਰੀ ਆ। ਆ ਫੁੱਤੂ ਜਿਹਾ ਸਕੀਮਾਂ ਤੇ ਕੋਲੇ ਰੱਖਿਆ ਕਰ, ਸਮਝ ਗਿਆ? ਓਹੋ ਬਈ, ਤੁਹਾਡੇ ਜਾਣ ਤੋਂ ਬਾਅਦ ਮੈਂ ਸੋਚਿਆ ਵੀ ਬੰਤੋ ਵਿਚਾਰੀ ਬਿਲਕੁਲ ਸਹੀ ਆਪਦੀ ਥਾਂ ਤੇ। ਅੱਛਾ, ਜੇ ਸਾਡੇ ਚ ਕੋਈ ਮਰ ਜਾਂਦਾ ਫੇਰ? ਪੁੱਤਰ ਫੇਰ ਵੀ ਮੈਂ ਇਹੀ ਗੱਲ ਕਹਿਣੀ ਸੀ ਵੀ ਤੁਹਾਡਾ ਕਿਸੇ ਦਾ ਕੋਈ ਕਸੂਰ ਨਹੀਂ, ਨਾ ਵਿਚਾਰੀ ਬੰਤੋ ਦਾ ਕਸੂਰ ਆ। ਵੈਸੇ ਕੀ ਗੱਲ ਆ, ਕਸੂਰ ਮੇਰਾ ਵੀ ਕੋਈ ਨਹੀਂ। ਨਾ ਨਾ ਮਾਮਾ, ਹੈਗਾ ਤਾਂ ਦਾਦਾ ਸਾਡਾ, ਗਲਤੀ ਆ। ਓਏ ਹੋਏ, ਓਏ ਤੁਹਾਡੀ ਮਾਂ ਉਹਨੂੰ ਟਾਈਮ ਨਾਲ ਰੋਟੀ ਨਹੀਂ ਸੀ ਦਿੰਦੀ, ਤੁਹਾਡੇ ਦਾਦੇ ਨੂੰ ਕੋਈ ਤੱਤੀ ਚਾਹ ਕੋਈ ਪਾਣੀ ਨਹੀਂ ਸੀ ਫੜਾਉਂਦੀ। ਹੈ ਬਈ, ਗ੍ਰਹਿਆਂ ਦੇ ਮੁਤਾਬਕ ਨਾ ਕੈਲਾ ਆਪਦੀ ਥਾਂ ਤੇ ਬਿਲਕੁਲ ਸਹੀ ਆ। ਆ ਸਾਰੀ ਪੌੜੇ ਦੀ ਜਾਨ ਚਮਕਿੱਦੜਾ ਦਾ ਸੂਪ ਪੀਣੀ ਹੈ। ਬਿਲਕੁਲ ਗਲਤ ਆ, ਉਹ ਬਗਾਨੇ ਮੁਲਕ ਦੇ ਵਿੱਚ ਉਹ ਚੀਨਨ ਨੂੰ ਵਿਚਾਰੇ ਨੂੰ ਸਾਰੇ ਦੀ ਲੋੜ ਸੀ, ਪੈਸੇ ਦੀ ਲੋੜ ਸੀ, ਸਾਰਾ ਮਿਲਿਆ ਉਹਨੂੰ ਕਿਹੜਾ? ਆ ਤੁਹਾਡਾ ਬੁੜਾ ਫਰੂਸ, ਚੀਨਨ ਆਪਦੀ ਥਾਂ ਤੇ ਵਿਚਾਰੀ ਬਿਲਕੁਲ ਸਹੀ ਆ। ਓਏ ਇਹੀ ਤਾਂ ਮੈਂ ਸੋਚੀ ਜਾਨਾ। ਮੈਨੂੰ ਐ ਦੱਸ, ਤੇਰੀ ਕੋਈ ਸਕੀਮ ਪਾਸ ਹੋਈ ਹੈ ਕਿ ਨਹੀਂ? ਓਏ ਉਹ ਲੱਤ ਪਵਾਂ ਮੇਰੀ ਵਿੰਕੀ ਆ, ਪਰ ਗੱਲ ਮੈਂ ਜਵਾਂ ਸਿੱਧੀ ਕਰਦਾ। ਓ ਟੀਚਕ ਮਾਮਾ, ਤੂੰ ਸਿਰਫ ਭੌਂਕਣਾ ਜਾਣਦਾ, ਤਾਂ ਮੈਨੂੰ ਇਹ ਕੁਝ ਕਰਨਾ ਪਊ। ਚਾਲੀ ਚੁੱਲਾ ਛੇਤੀ ਵਿਹਲਾ ਕਰ, ਸੁੱਜੇ ਮੂੰਹ ਵਾਲੀਏ।
ਨਾਲੇ ਗੱਲ ਸੁਣ, ਜੇ ਆਹੀ ਗੰਦ ਬਲਾ ਖਾਣੀਆਂ ਨੇ ਤਾਂ ਆਪਣੀ ਟਿੰਡ ਫੋੜੀ ਬਾਹਰ ਲੈ ਘਰੇ ਲੈ ਜਾਓ ਚੱਕ ਕੇ। ਕਿੱਥੇ ਘਰ ਨੂੰ ਹੱਡਾ ਰੋੜੀ ਬਣਾ ਛੱਡਿਆ ਬੈਤਲ ਨੇ। ਚਾ ਚਾ ਆਪਣਾ ਕੰਮ ਕਰ, ਮੈਂ ਛੋਟੇ ਲੋਕੋਂ ਕੇ ਮੂੰਹ ਨਹੀਂ ਲੱਗਦੀ। ਚੋ ਚੋ ਗ੍ਰੈਨ, ਕੀ ਕਿਹਾ ਸੀ ਨੀ, ਛੋਟੇ ਲੋਕਾਂ ਦੇ ਮੂੰਹ ਨਹੀਂ ਲੱਗਦੀ ਹੈ? ਨੀ ਸਾਰਾ ਤਾਂ ਮੇਰਾ ਬੜਾ ਚੁਲੜੀਆ ਸਰਦਾਰ ਹੈ, ਹੈ ਜਿਹਦੇ ਨਿੱਤ ਮੂੰਹ ਲੱਗਦੀ ਹੈ, ਹੈ? ਮੈਂ ਇਸ ਘਰ ਕੀ ਮਾਲਕਿਨ ਹੂੰ, ਯੂ ਡਰਟੀ ਵੂਮਨ। ਓ ਜਾ ਜਾ, ਕੱਲ ਦੀ ਭੂਤ ਨਹੀਂ ਸਿਵਿਆ ਚੱਦ, ਕੁੱਤੀ ਕਿਸੇ ਥਾਂ ਦੀ ਆ ਗਈ ਘਰ ਨੂੰ ਉਜਾੜਨ। ਤੁਹਾਨੂੰ ਮੁਝੇ ਭੂਤ ਨਹੀਂ ਕਹਾ, ਓਏ ਮੂੰਹ ਛਕੇ ਫੋਈ। ਹਾਂ ਤੈਨੂੰ ਕਿਹਾ ਭੂਤ ਨਹੀਂ ਕੁੱਤੀ ਹੈ, ਕਿੱਥੇ ਸਾਡੇ ਘਰ ਨੂੰ ਉਜਾੜਨ ਆ ਗਈ। ਚੋ ਕੁੱਤੀ, ਓਏ ਮੂੰਹ ਛਕੀ ਪੂਈ। ਹਾਏ ਚੀਨੀ ਚਗਾਲ, ਨੀ ਤੇਰੀ ਚਿੱਕੀ ਪੂਈ, ਤੇਰੀ ਮਾਂ ਦੀ ਚਿੱਕੀ ਪੂਈ, ਤੇਰੀ ਭੈਣ ਦੀ ਚਿੱਕੀ ਪੂਈ, ਤੁਹਾਡੇ ਖਾਨਦਾਨ ਦੀ ਚਿੱਕੀ ਪੂਈ, ਨੀ ਮੈਂ ਤਾਂ ਲੱਤ ਤੇ ਲੱਤ ਧਰ ਕੇ ਪਾੜ ਦੂੰ ਚੜੇਲ ਜਨਾਨੀ ਨੂੰ। ਓਏ ਮੂੰਹ ਚਿੱਕੀ ਪੂਈ, ਖੜ ਜਾ, ਤੇਰੀ ਚਿੱਕੀ ਪੂਈ ਨੂੰ ਲਾਵਾਂ ਅੱਗ। ਆਜਾ ਆਜਾ, ਤੈਨੂੰ ਮੈਂ ਕਰਾਂ ਸਿੱਧੀ ਤੈਨੂੰ, ਆਜਾ ਤੈਨੂੰ। ਵੱਡੀ ਆਈ ਹੈ ਘਰ ਦੀ, ਨੰਬਰਦਾਰ ਨਹੀਂ ਬਣਨੀ। ਤੂੰ ਖੜ ਜਾ, ਤੈਨੂੰ ਮੈਂ ਕਰਾਂ ਤੈਨੂੰ ਤੋਰਾ, ਤੈਨੂੰ ਚੀਨਾ ਨੂੰ, ਤੈਨੂੰ ਡਰ ਗਿਆ ਹੋਣਾ ਕੋਈ ਹੋਰ ਹੈ ਤੇਰੇ ਤੋਂ। ਤੈਨੂੰ ਖੜ ਚੁੱਕ ਖੇਟਾ ਉਸ ਨਾਲ ਖਾਇਆ ਤਾਂ ਮਾਈ ਨੇਮ ਇਸ ਡਾਟ ਸੂਚੀ। ਅਜਾ ਨੀ ਚੁਜੀ ਚੁਜੀ ਚੁਜੀ, ਗੈਟ ਆਊਟ। ਆ ਸੋਮਨ ਬੋਟੇ ਮਹਾਰਾਜ ਦੀ ਗੁਰਦਾਰ ਪੱਥ ਲੋਕ ਦਾ ਹੋ, ਜਿਹੋ ਜੇ ਥੋੜੇ ਕਰੇ ਕੰਜਰ ਖਾਨੇ ਨਾ ਕਿਸੇ ਦੇ ਘਰੇ ਨਹੀਂ ਹੈਗਾ, ਜੋ ਰਿਸ਼ਤੇ ਕਰਾਇਆ ਮੈਂ ਪਿੰਡ ਚ। ਉਹ ਦੱਸੋ ਹੁਣ ਸਰਪੰਚ ਸਾਹਿਬ ਨੂੰ ਤੁਹਾਡਾ ਰੌਲਾ ਕੀ ਹੈ? ਸਾਡਾ ਰੌਲਾ ਇਹ ਹੈ ਜੀ, ਆ ਜਿਹੜੀ ਚੜੇਲ ਖੜੀ ਹੈ ਇਹਨਾਂ ਨੇ ਮੇਰੇ ਟੱਬਰ ਤੇ ਹੱਥ ਚੱਕਿਆ। ਬਾਪੂ ਅਸੀਂ ਤੇਰੇ ਟੱਬਰ ਨਹੀਂ। ਓ ਸ਼ਟ ਅਪ, ਮਾਈ ਯੋਰ ਲੈਂਗੁਏਜ ਨਾਟ ਇਟ ਗਾਇ। ਚਿੱਕੀ ਮੁੱਕੀ ਮੁੱਕੀ ਚਿੱਕੀ ਪਾਈ। ਦੇਖੋ ਸਰਪੰਚ ਜੀ, ਇਹਨੇ ਮੈਨੂੰ ਚੀਨੀ ਚਗਾਲ ਕੱਢੀ। ਉਹ ਤੈਨੂੰ ਕਿਵੇਂ ਪਤਾ ਭਾਈ ਇਹਨੇ ਚੀਨੀ ਚਗਾਲ ਕੱਢੀ? ਦੇਖੋ ਜੀ, ਸਾਨੂੰ ਪਿਆਰ ਦੀ ਭਾਸ਼ਾ ਸਮਝ ਆਵੇ ਚਾਹੇ ਨਾ ਆਵੇ, ਪਰ ਗਾਲਾਂ ਤਾਂ ਸਾਡੇ ਹਿੱਕ ਤੇ ਜਾ ਕੇ ਵੱਜਦੀਆਂ ਨੇ। ਫਿਰ ਮੈਂ ਵੀ ਜੈਲਦਾਰਾਂ ਦੀ ਧੀ ਹੈ, ਸਾਰੀਆਂ ਭਾਸ਼ਾਵਾਂ ਜਾਣਦੀ ਹੈ। ਭਾਈ ਗੱਲ ਨੂੰ ਵਧਾਓ ਨਾ, ਨਿਬੇੜੋ। ਮੈਂ ਆਪਣੇ ਹਿੱਸੇ ਦੀ ਜ਼ਮੀਨ ਸੂਜੀ ਦੇ ਨਾਲ ਕਰਾਉਣ ਲੱਗਿਆ। ਕੰਨ ਖੋਲ ਕੇ ਸੁਣ ਲਓ ਸਾਰੇ। ਤੂੰ ਤੂੰ ਮੇਰੀ ਉਹ ਚਾਚਾ ਭਰੀ ਪੰਚਾਇਤ ਚ ਕਿਉਂ ਜਲੂਸ ਕੱਢੀ ਜਾਂਦਾ? ਉਹਨੇ ਕੁੱਤੀ ਚੜੈਲ ਨੇ ਵੀ ਮੈਨੂੰ ਗਾਲਾਂ ਕੱਢੀਆਂ। ਮੰਮੀ ਮੈਨੂੰ ਮਾਫ ਕਰ ਦੇ ਮੰਮੀ, ਸਾਡੇ ਨਿੱਕੇ ਨਿੱਕੇ ਦੀ ਮਾਂ ਮਰ ਗਈ ਸੀ, ਅਸੀਂ ਮਾਂ ਬਾਹਰੇ ਹੋ ਗਏ, ਰੱਬ ਨੇ ਸਾਨੂੰ ਗੋਲ ਮਟੋਲ ਜੀ ਮੰਮੀ ਦੇਤੀ। ਮੰਮੀ ਤੇਰੇ ਪੈਰਾਂ ਚ ਜੰਨਤ ਹੈ, ਤੇਰੇ ਪੈਰ ਕਿੱਥੇ ਨੇ? ਸਾਰੇ ਲੋਕਾਂ ਚ ਥੂ ਥੂ ਹੋ ਗਈ। ਮੈਨੂੰ ਮਾਫ ਕਰ ਦੇ ਮੰਮੀ, ਮਾਫ ਕਰ ਦੇ। ਸੰਤਰੇ ਰਲ ਮਿਲ ਕੇ ਰਹੋ, ਆਪਦੀ ਸੱਸ ਤੋਂ ਮਾਫੀ ਮੰਗ। ਸਰਪੰਚ ਸਾਹਿਬ, ਸਿੰਦਰ ਵੱਡੀ ਹੈ ਜੀ ਤੇ ਆਹ ਸੂਜੀ ਛੋਟੀ ਹੈ ਜੀ, ਚੱਲ ਸੂਜੀ ਮਾਫੀ ਮੰਗ। ਸੌਰੀ ਨੂਰਾਨੀ। ਨਾ ਨਾ ਮੰਮੀ, ਇਹ ਕਿਵੇਂ ਹੋ ਸਕਦਾ? ਸਿੰਦਰੇ ਮਾਫੀ ਮੰਗ ਮੰਮੀ ਤੋਂ, ਮਾਫੀ ਮੰਗ। ਹਾਂ ਪ੍ਰਾਹੁਣਾ ਆਪਦੀ ਥਾਂ ਤੇ ਸਹੀ ਹੈ ਜਮਾ। ਮੈਂ ਵੀ ਸੌਰੀ ਆ ਮਦਰਲਾ। ਚੱਲ ਮਾਫ ਕਰ ਦੇ। ਹੁਣ ਸਾਡੀਆਂ ਖੁੱਲ ਗਈਆਂ ਅੱਖਾਂ, ਇਹਨਾਂ ਨੂੰ ਹੋ ਗਈ ਰਿਸ਼ਤੇ ਦੀ ਪਛਾਣ। ਕਹਿੰਦੇ ਹੁੰਦੇ ਨਾ ਬਈ, ਜਿਹੜਾ ਸ਼ਾਮ ਨੂੰ ਘਰੇ ਮੁੜ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ। ਲਓ ਜੀ, ਸਾਡੇ ਪਰਿਵਾਰ ਦੀ ਹੋ ਗਈ ਸਹਿਮਤੀ, ਠੀਕ ਹੈ ਜੀ। ਓਏ ਹੁਣ ਤਾਂ ਨੀ ਖੰਜੇ ਨਾਲ ਗੁੱਸੇ, ਠੀਕ ਹੈ। ਲਓ ਜੀ, ਪੰਚਾਇਤ ਆਪਦੀ ਥਾਂ ਤੇ ਸਹੀ ਆ, ਟੱਬਰ ਆਪਦੀ ਥਾਂ ਤੇ ਸਹੀ ਆ, ਹੈ? ਮੈਂ ਕਹਿੰਦਾ ਹੁਣ ਨਾ ਵੀ ਲੱਤ ਭਵਾਂ ਮੇਰੀ ਵਿੰਗੀ ਆ, ਪਰ ਗੱਲ ਮੈਂ ਜਮਾਂ ਸਿੱਧੀ ਕਰਦਾ ਜਿਵੇਂ ਪਿਆ। ਚਲ ਚੱਲੀਏ ਸਾਰੇ, ਚੰਗਾ ਜੀ ਸਤਿ ਸ਼੍ਰੀ ਅਕਾਲ। ਦਾਦੇ ਨੂੰ ਤੁਹਾਡੇ ਨੇ ਹੱਥ ਚੱਕੀ ਹੋਈ ਆ, ਇਹਨੇ ਸਾਰਾ ਘਰ ਖਰਾਬ ਕਰਤਾ, ਇਹਨੂੰ ਚੰਗੀ ਤਰ੍ਹਾਂ ਸਭ ਕੁਛ ਸਿਖਾਉਣਾ ਆਪਾਂ, ਆਪਦੇ ਦਿਮਾਗ ਚ ਬਿਠਾ ਲਓ ਗੱਲ, ਹੈ? ਸਮਝ ਗਏ ਨਾ? ਹਾਂ ਰੋਡੂ ਪੁੱਤ, ਦਾਦੇ ਨੇ ਤੁਹਾਡੇ ਨੇ ਸਾਰਾ ਘਰ ਖਰਾਬ ਕਰ ਰੱਖਿਆ, ਹੈ? ਚੁੱਪ ਕਰਕੇ ਉਹਦਾ ਘੁੱਗਾ ਚਿੱਤ ਕਰ ਦਿਓ, ਸਮਝ ਗਿਆ ਮੇਰੀ ਗੱਲ? ਹੈ ਆਪਾਂ ਚੱਲਾਂਗੇ ਸਾਰੇ ਜਣੇ, ਬੁਰੀ ਚ ਪਾ ਕੇ ਕੁੱਟਾਂਗੇ ਮੇਰੇ ਸਾਲੇ ਨੂੰ। ਪ੍ਰਾਹੁਣਾ ਸਾਹਿਬ, ਬੁੜੇ ਨੂੰ ਚੁੱਪ ਕਰਕੇ ਗੱਡੀ ਚੜਾ ਦੇ, ਅੱਜ ਵਾਕ ਬੈਠਿਆ ਇਹਨਾਂ ਦੇ ਹਿੱਸੇ ਕੁਝ ਆਜੂਗਾ। ਜੇ ਉਹਨੇ ਚੀਨਣ ਜੀ ਨੂੰ ਸਾਰਾ ਕੁਛ ਦਿੱਤਾ ਨਾ, ਸਾਡੇ ਪੱਲੇ ਕੱਖ ਨੀ ਰਹਿਣਾ। ਤੋਪਾਂ ਗ੍ਰਨੇਡ ਗੰਡਾਸੇ ਟਕੂਏ ਜੋ ਕੁਛ ਮਿਲਦਾ ਚੱਕ ਲਓ। ਲੱਤ ਭਾਵਾਂ ਮੇਰੀ ਵਿੰਗੀ ਆ, ਪਰ ਗੱਲ ਮੈਂ ਐਨ ਸਿੱਧੀ ਕਰਦਾ ਜਲੇਬੀ ਵਾਂਗੂ। ਹਾਂ
ਸਾਰੀ ਪੰਚਾਇਤ ਵਿੱਚ ਜਲੂਸ ਨਿਕਲ ਗਿਆ। ਉਹ ਜਲੂਸ ਭਾਈ ਆਪਦੀ ਜਗ੍ਹਾ ਤੇ ਬਿਲਕੁਲ ਸਹੀ ਆ। ਨਾ ਮਾਮਾ, ਅਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਲੱਗੇ ਨਹੀਂ ਰਹੇ। ਸਾਰੇ ਲੋਕਾਂ 'ਚ ਥੂ ਥੂ ਹੋ ਗਈ। ਉਹ ਭਾਂਜੇ, ਨਾਮ ਖੱਟਣ ਵਾਸਤੇ ਨਾ ਬਦਨਾਮ ਹੋਣਾ ਪੈਂਦਾ। ਸਿੰਦਰੇ, ਇਹਨੂੰ ਚੁੱਪ ਕਰਾ ਲੈ, ਮੈਂ ਇਹਦੀ ਦੂਜੀ ਲੱਤ ਵੀ ਤੋੜ ਦੂੰ। ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ। ਉਹ ਪਰੇਸ਼ਾਨੀ ਆਪਣੀ ਜਗ੍ਹਾ ਤੇ ਸਹੀ ਆ, ਪਰ ਇਸ ਚੀਜ਼ ਦਾ ਨਾ ਇੱਕ ਹੱਲ ਹੈਗਾ। ਉਹ ਰਹਿਣ ਦੇ, ਉਹ ਰਹਿਣ ਦੇ, ਰਹਿਣ ਦੇ। ਸੁਣ ਤਾਂ ਲਓ ਕਿ ਮਾਮਾ ਕਹਿੰਦਾ ਕੀ ਹੈ। ਮਾਮਾ ਦੱਸ ਕੀ ਗੱਲ ਹੈ। ਓਏ ਓਏ, ਇਹਦੀ ਸਕੀਮ ਨੂੰ ਮੈਂ ਜਾਣਦਾ। ਉਹ ਬੁੜਾ ਭੀਸਰਿਆ ਫਿਰਦਾ, ਉਹਨੇ ਆਪਣੇ ਸਾਰੇ ਦੇ ਖੁੰਬੜ 'ਚ ਚਾਈਨਾ ਮੇਰੇ ਪਿਸਤੌਲ ਗੋਲੀ ਮਾਰ ਦੇਣੀ ਹੈ। ਓਏ ਹੋਏ, ਪ੍ਰਾਹੁਣੇ ਤੂੰ ਤਾਂ ਉਹ ਹੀ ਮੌਕ ਮਾਰਨ ਲੱਗ ਜਾਣਾ ਯਾਰ। ਓਏ, ਲਾਤ ਦੀ ਖਾਤਰ ਇੰਨੀ ਕੁ ਕੁਰਬਾਨੀ ਦੇਣੀ ਪੈਂਦੀ ਆ। ਓ ਤੁਸੀਂ ਸਕੀਮ ਸੁਣੋ, ਰੋਡੂ ਨੇ ਤੈਨੂੰ ਮਾਰ ਦੇਣੀ ਆ ਗੋਲੀ। ਤੂੰ ਮਰ ਜਾਣਾ ਪਿਸਤੌਲ ਬੁੜੇ ਦਾ, ਬੁੜਾ ਜੇਲ ਦੇ ਅੰਦਰ, ਉਦੋਂ ਬਾਅਦ ਚ ਬਚੀ ਚਾਈਨਾ ਮੇਡ, ਉਹਨੂੰ ਆ ਮੁੰਡਿਆਂ ਨੇ ਤੰਗ ਕਰ ਕਰਕੇ ਮਾਰ ਦੇਣਾ। ਕਿਵੇਂ ਪ੍ਰਾਹੁਣਿਆ, ਕਿਵੇਂ ਲੱਗੀ ਸਕੀਮ? ਸਕੀਮ ਤਾਂ ਤੇਰੀ ਬਹੁਤ ਵਧੀਆ ਹੈ ਨਾ। ਮੇਰਾ ਸਾਲਿਆ ਆਪਣੀ ਭਾਣਜੀ ਨੂੰ ਵੰਡੀ ਕਰਨੀ ਚਾਹੁੰਦਾ ਹੋਵੇ, ਤੂੰ ਦੇ ਕੁਰਬਾਨੀ, ਕਿਉਂਕਿ ਤੂੰ ਮੇਰੇ ਨਿਆਣਿਆਂ ਦੇ ਮਾਮੇ ਦਾ ਵੀ ਮਾਮਾ ਹੈ। ਹੈਂ, ਪਰੇਸ਼ਾਨ ਕਰ ਰੱਖਿਆ ਤੈਨੂੰ। ਦਫਾ ਜਾ ਤੂੰ, ਦਫਾ ਜਾ। ਕੋਈ ਨਾ, ਕੋਈ ਗੱਲ ਨੀ, ਖੰਘ ਵੀ ਠੀਕ ਹੋ ਜੂ, ਸਾਹ ਵੀ ਠੀਕ ਹੋ ਜੂ। ਤੈਨੂੰ 20 ਵਾਰੀ ਕਿਹਾ, ਉਹਦੇ ਹੱਥੋਂ ਨਾ ਲੈ ਕੇ ਖਾਇਆ ਕਰ, ਕੁਛ ਹੱਟਦੀ ਤਾਂ ਹੈ ਨੀ ਗੀ। ਸਾਗ ਦੀਆਂ ਭਰ ਭਰ ਕੇ ਦੋ ਬਾਟੀਆਂ ਖਾ ਗਈ ਜੋ, ਜਦੋਂ ਤੈਨੂੰ ਪਤਾ ਤੈਨੂੰ ਪੰਜਾਬੀ ਖਾਣਾ ਨਹੀਂ ਪਚਦਾ। ਆਪਦੀਆਂ ਉਹੀ ਸੱਪ ਸਲੂੰਡੀਆਂ ਖਾ ਲਿਆ ਕਰ, ਵਧੀਆ ਰਹੇਗੀ। ਕੋਈ ਗੱਲ ਨੀ, ਘਬਰਾ ਨਾ, ਜਿੱਥੇ ਮੈਂ ਤੇਰੇ ਤੇ ਪੈਸੇ ਲਾਤੇ, ਤੇਰੇ ਇਲਾਜ ਤੇ ਵੀ ਲਾ ਦੂੰਗਾ। ਮੰਮੀ, ਆ ਨਵੀਂ ਬੇਬੇ ਨੂੰ ਕੀ ਹੋ ਗਿਆ? ਬਿਮਾਰ ਹੈ, ਜੈ ਵੱਡੀ ਡਰਾਮੇ ਕਰਦੀ ਹੈ ਡਰਾਮੇ। ਮੈਨੂੰ ਲੱਗਦਾ ਦੁਬਾਰਾ ਸਰਵਿਸ ਹੋਣ ਵਾਲੀ ਹੈ। ਮੰਮੀ, ਦੇਖੀ ਦੇਖੀ ਬਾਪੂ ਦਾ ਮੂੰਹ ਕਿਵੇਂ ਬਣਿਆ ਪਿਆ, ਜਿਵੇਂ ਹੁਣੇ ਅਟੈਕ ਆਉਣਾ ਹੁੰਦਾ। ਲੱਗਿਆ 50,000 ਰੁਪਇਆ ਪੂਰਾ ਨਹੀਂ ਹੋਇਆ, ਹੁਣ ਬਿਮਾਰੀ ਤੇ ਪਤਾ ਨਹੀਂ ਕਿੰਨੇ ਪੈਸੇ ਲੱਗਣਗੇ। ਕੋਈ ਗੱਲ ਨਹੀਂ, ਉਹ ਗਿਆ ਹੋਇਆ ਲੈਣ, ਆਉਣ ਵਾਲਾ ਹੀ ਆ। ਓਏ ਕੁੜਮਾ, ਆ ਗਏ, ਆ ਜਾ ਆ ਜਾ ਓਏ ਆ ਜਾ, ਉਹ ਵੇਖੋ ਕਿਵੇਂ ਪਈ ਆ। ਓਏ ਆ ਜਾ, ਉੱਥੇ ਲੰਘਿਓ, ਆਉਣ ਦੇ ਆਉਣ ਦੇ ਆਉਣ ਦੇ ਆ ਆ, ਵੇਖ ਕੋਈ ਪਈ ਆ। ਕੋਈ ਨਹੀਂ ਕਰਨਾ ਸੀ, ਓਏ ਆ ਜਾ ਆ ਜਾ, ਰੱਖ ਜੈਲੀ ਟਾਈ ਦਾ ਹੁੰਦਾ ਚੰਗਾ। ਹੋ ਜੂ ਠੀਕ, ਕੁਛ ਨਹੀਂ ਹੋਇਆ, ਹੋ ਜੂ ਠੀਕ। ਕੱਲ ਦਿਨੇ ਕੁਛ ਨਹੀਂ ਖਾਦਾ ਹੈਗਾ, ਥੋੜੀ ਜਿਹੀ ਘਬਰਾਹਟ ਹੈ, ਮੈਨੂੰ ਲੱਗਦਾ ਸ਼ਰੀਕਾ ਦੀ ਨਜ਼ਰ ਲੱਗੀ। ਲੱਗੀ ਹੋਣੀ ਆ, ਥੋੜਾ ਜ਼ੋਰ ਦੇ ਨੇ। ਪਾਪਾ ਜੀ, ਕੀ ਹੋ ਗਿਆ ਮੰਮੀ ਡਾਰਲਿੰਗ ਨੂੰ? ਉਹ ਥੋੜੀ ਜਿਹੀ ਘਬਰਾਹਟ ਹੈ। ਸਾਹ ਵੀ ਔਖਾ ਔਖਾ ਆਉਂਦਾ। ਆਹੋ, ਖੰਘ ਚ ਖਾਂ ਵੀ ਆ ਪਾਪੇ। ਓਏ ਆਹੋ, ਬੁਖਾਰ ਵੀ ਹੈ। ਆਹੋ ਹੈ, ਉਹ ਫਿਰ ਤਾਂ ਪਾਪੇ, ਮੰਮੀ ਨੂੰ ਕੋਰੋਨਾ ਹੋ ਗਿਆ। ਸਿੰਦਰੇ, ਮੰਮੀ ਨੂੰ ਕੋਰੋਨਾ ਹੋ ਗਿਆ। ਮੰਮੀ ਨੂੰ ਕੋਰੋਨਾ ਹੋ ਗਿਆ। ਖੁਸ਼ਖਬਰੀ ਆ, ਨਿਆਣਾ ਹੋ ਜਾਣਾ, ਪਿਓ ਬਣ ਜਾਣਾ ਤੂੰ। ਹੁਣ ਮੈਂ ਨਾ ਬਚਦੀ, ਮੈਂ ਨਾ ਬਚਦੀ।